ਹਰ ਮੋੜ ਤੇ ਏਦਾਂ ਲੱਗਦਾ ਕਿ ਗੋਰੇ ਉੱਥੇ ਘੁੰਮਣ ਆਏ ਆ ਤੇ ਤੁਸੀਂ ਇੱਥੇ ਮਾਰ ਕਰੋ, ਰੇਸਿਜ਼ਮ ਵੱਧ ਰਿਹਾ ਇੱਥੇ। ਤੇ ਉਹਨਾਂ ਦੇ ਅਕਸਰ ਮਾਂ ਪਿਓ ਕਹਿ ਦਿੰਦੇ ਆ ਕਿ ਸਾਡੇ ਨਿਆਣਿਆਂ ਨੂੰ ਛੁੱਟੀਆਂ ਨਹੀਂ ਮਿਲਦੀਆਂ ਪਈਆਂ, ਕੰਮ ਨਹੀਂ ਮਿਲਦਾ ਪਿਆ। ਮੈਂ ਸਿੰਗਲ ਡੇ ਵੀ ਕਦੇ ਸ਼ਿਫਟ ਲਾਉਣ ਨਹੀਂ ਗਿਆ, ਰਾਈਟ? ਤਾਨੇ ਮੇਰੇ ਮਰਨ ਤੱਕ ਆ ਜਾਂਦੇ ਆ। ਤੇ ਉਹਨਾਂ ਦਾ ਬਿਹੇਵ ਕਿੱਦਾਂ ਬਦਲ ਜਾਂਦਾ ਜਦੋਂ ਆਪਾਂ ਬਾਹਰਲੀ ਧਰਤੀ ਦੇ ਪੈਰ ਰੱਖਦੇ ਆ ਤੇ ਉਹ ਆ ਜਾਂਦੀਆਂ ਕੁੜੀਆਂ ਛੇੜ ਰਹੇ ਹੋ, ਹਨਾ? ਬਹੁਤ ਜ਼ਿਆਦਾ ਮੰਨਣਾ ਇਹ ਆ ਕਿ ਜੇ ਆਪਣੀ ਇਕੱਲੀ ਕੁੜੀ ਨਾ ਭੇਜੋ, ਪਲੱਸ ਟੂ ਕਰਕੇ ਬਿਲਕੁਲ ਨਾ ਭੇਜੋ ਉਹਨਾਂ ਨੂੰ। ਤੁਸੀਂ ਆਪਣੇ ਬੱਚੇ ਨੂੰ ਕੁਛ ਨਹੀਂ ਕਹਿ ਸਕਦੇ ਜੇ ਕਿ ਅਸੀਂ ਜੋ ਮਰਜ਼ੀ ਕਰੀਏ, ਚਾਹੇ ਲਿਵਿੰਗ 'ਚ ਰਹੀਏ, ਚਾਹੇ ਜੋ ਮਰਜ਼ੀ ਕਰੀਏ। ਇੱਥੇ ਤੁਸੀਂ ਸਫਾਈਆਂ ਵੀ ਕਰਦੇ ਹੋ, ਝਾੜੂ ਵੀ ਮਾਰਦੇ ਹੋ, ਸ਼ਿਫਟਾਂ ਲਾਉਂਦੇ ਹੋ, ਜਦੋਂ ਭਾਂਡੇ ਵੀ ਧੋਂਦੇ ਹੋ, ਹੈ ਨਾ? ਇੱਥੇ ਮੈਂ ਪੱਗਾਂ ਬੰਨੀਆਂ ਹੋਈਆਂ ਮੁੰਡਿਆਂ ਦੇ, ਉਹ ਇਹੋ ਜਿਹੀਆਂ ਹਰਕਤਾਂ ਕਰਦੇ ਆ, ਸ਼ਰਮ ਆਉਂਦੀ ਹੈ। ਮੈਂ ਨੋਰਮਲ ਫੋਨ ਹੀ ਕਰਦੇ ਆ ਕਿ ਰਿਸ਼ਤੇ ਲਈ ਵੀ ਫੋਨ ਕਰਦੇ ਆ ਕਿ ਬੁੱਕ ਤਾਂ ਚੱਕੀ ਨਹੀਂ ਤੇ ਅਸੀਂ ਕਹਿੰਦੇ ਬੀਅਰ ਚੱਕ ਲਈ। ਦੇਖੋ ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਤੁਸੀਂ ਸ਼ਿਫਟਾਂ ਲਾਉਣੀਆਂ ਕਿਉਂ ਆ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਉਸ ਫੱਬਾਂ ਦੇ ਦੇਸ਼ ਦੀ ਜਿੱਥੇ ਜ਼ਿਆਦਾਤਰ ਹਰ ਪੰਜਾਬੀ ਸੋਚਦਾ ਇੱਕ ਵਾਰ ਜਾਣ ਬਾਰੇ, ਅਤੇ ਉੱਥੇ ਦੇ ਸਟੂਡੈਂਟ ਲਾਈਫ ਬਾਰੇ, ਉੱਥੇ ਦੀ ਵਰਕ ਲਾਈਫ ਬਾਰੇ, ਉੱਥੇ ਕੀ ਮਾਹੌਲ ਹੈਗਾ ਆ। ਆਪਾਂ ਤਾਂ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਦੇ ਹਾਂ, ਅਤੇ ਕਿਉਂ ਨਾ ਉਹਨਾਂ ਦੇ ਨਾਲ ਹੀ ਗੱਲ ਕੀਤੀ ਜਾਵੇ ਜਿਹੜੇ ਉੱਥੇ ਰਹਿ ਰਹੇ ਆ। ਅਤੇ ਸਵਾਗਤ ਆ ਭਾਅ ਜੀ ਸਾਡੇ ਚੈਨਲ ਪੰਜਾਬੀ ਮਿਕਸਟੇਪ 'ਤੇ, ਅਤੇ ਛੋਟੀ ਜਿਹੀ ਇੱਕ ਆਪਣੀ ਇੰਟਰੋ ਦੇ ਦਿਓ। ਸਤਿ ਸ਼੍ਰੀ ਅਕਾਲ ਰਾਹੁਲ ਜੀ, ਮੈਂ ਨਵਤੇਜ ਸਿੰਘ। ਸੋ ਫਿਲਹਾਲ ਮੈਂ ਇੱਥੇ ਰਹਿ ਰਿਹਾ, ਕੈਨੇਡਾ 'ਚ ਹੀ ਰਹਿ ਰਿਹਾ। ਮੈਂ ਕਿਚਨਰ ਸਿਟੀ 'ਚ ਰਹਿ ਰਿਹਾ ਹਾਂ, ਅਤੇ ਮੈਂ ਆਪਣਾ ਬਿਜ਼ਨਸ ਕਰ ਰਿਹਾ। ਮੈਂ ਐਜ਼ ਏ ਸਟੂਡੈਂਟ ਇੱਥੇ ਆਇਆ ਸੀਗਾ। ਸੋ ਲਾਈਫ ਕਾਫੀ ਵਧੀਆ ਰਹੀ, ਬਹੁਤ ਜ਼ਿਆਦਾ ਕੋਈ ਸਟਰਗਲ ਨਹੀਂ ਮੈਂ ਕਹਾਂਗਾ ਕਿ ਮੈਂ ਫੇਸ ਕੀਤਾ, ਬਟ ਉਹਦੇ ਪਿੱਛੇ ਕਾਫੀ ਸਾਰਾ ਇੱਕ ਪਲੈਨਿੰਗ ਸੀਗੀ, ਇੱਕ ਸਟ੍ਰੈਟੇਜੀ ਸੀਗੀ। ਸੋ ਅਸੀਂ ਅੱਗੇ ਵੀਡੀਓ ਦੇ ਵਿੱਚ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ। ਠੀਕ ਹੈ ਜੀ। ਅਤੇ ਭਾਅ ਜੀ ਜਿੱਦਾਂ ਆਪਣੇ ਪੰਜਾਬੀਆਂ ਦੀ ਜ਼ਿਆਦਾਤਰ ਮਨਪਸੰਦ ਜਗ੍ਹਾ ਹੈਗੀ ਕੈਨੇਡਾ, ਅਤੇ ਕੈਨੇਡਾ ਹੀ ਕਿਉਂ ਪਸੰਦ ਕਰਦੇ ਹੋ? ਤੁਸੀਂ ਤਾਂ ਹੁਣ ਇੱਥੇ ਜਾ ਕੇ ਦੇਖਿਆ ਹੈ, ਅਤੇ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਐਸੀ ਚੀਜ਼ ਆ ਜਿਹੜੀ ਸਾਰੇ ਪਸੰਦ ਕਰਦੇ? ਜੀ ਇਹ ਬੜਾ ਇੰਟਰਸਟਿੰਗ ਕੁਐਸਚਨ ਹੈ ਤੁਹਾਡਾ। ਇਹ ਜਨਰਲੀ ਕੀ ਹੁੰਦਾ ਕਿ ਅਸੀਂ ਥੋੜ੍ਹਾ ਜਿਹਾ ਕੰਫਰਟੇਬਲ ਜਿਹੜੀ ਇਨਵਾਇਰਮੈਂਟ ਨਾ ਲੱਭਦੇ ਹਾਂ। ਤੋ ਕਨੇਡਾ ਜਿਹੜਾ ਇਹੋ ਜਿਹਾ ਪਲੇਸ ਹੈਗਾ ਕਿ ਜਿੱਥੇ ਆਲ ਅਰਾਊਂਡ ਹੈ ਨਾ ਤੁਹਾਨੂੰ ਪੰਜਾਬੀ ਮਿਲਣਗੇ, ਤੁਹਾਡਾ ਆਪਣਾ ਕਲਚਰ ਮਿਲੇਗਾ। ਤੁਹਾਨੂੰ ਲੱਗਦਾ ਕਿ ਉਸ ਏਰੀਏ ਦੇ ਵਿੱਚ ਜਾ ਕੇ ਅਸੀਂ ਥੋੜ੍ਹੇ ਜਿਹੇ ਸੌਖੇ ਸਰਵਾਈਵ ਕਰ ਪਾਵਾਂਗੇ। ਸੋ ਮੈਨੂੰ ਮੇਰਾ ਮੰਨਣਾ ਇਹ ਹੈ ਕਿ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਉਹ ਇਹੀ ਹੈ ਕਿ ਲੋਕ ਕਨੇਡਾ ਨੂੰ ਪਸੰਦ ਕਰਦੇ ਨੇ। ਅਤੇ ਭਾਅ ਜੀ ਇੱਕ ਸਿੰਪਲ ਜਿਹਾ ਸਵਾਲ ਵਾ ਇੱਕ, ਕਿ ਜਿੱਦਾਂ ਆਪਣੇ ਇੱਥੇ ਜਿਹੜੇ 11ਵੀਂ 12ਵੀਂ ਵਾਲੇ ਨਿਆਣੇ ਆ ਪੰਜਾਬ ਵਿੱਚ, ਹੁਣ ਉਹ ਮਤਲਬ ਕਿ ਮਨ ਵਿੱਚ ਧਾਰਨਾ ਬਣਾਉਂਦੇ ਆ ਕਿ ਕਨੇਡਾ ਵਿੱਚ ਇੱਕ ਵਾਰ ਕਨੇਡਾ ਜਾਣ ਦਾ ਮੌਕਾ ਮਿਲ ਜਾਵੇ, ਉੱਥੇ ਆ ਕੇ ਮੈਂ ਇੱਦਾਂ ਦਾ ਲਾਈਫ ਸਟਾਈਲ ਕਰ ਲੈਣਾ, ਉੱਥੇ ਆ ਕੇ ਮੈਂ ਆਹ ਗੱਡੀਆਂ ਕਾਰਾਂ ਲੈਣੀਆਂ, ਉੱਥੇ ਮੈਂ ਜਾ ਕੇ ਆਹ ਬਿਜ਼ਨਸ ਸੈੱਟ ਕਰ ਲੈਣਾ, ਕੀ ਉਹ ਧਾਰਨਾ ਉੱਥੇ ਕਨੇਡਾ ਵਿੱਚ ਜਾ ਕੇ ਬਣੀ ਰਹਿੰਦੀ ਹੈ ਜਾਂ ਟੁੱਟ ਜਾਂਦੀ ਹੈ, ਜਾਂ ਕੀ ਉੱਥੇ ਹੁੰਦਾ ਜਾ ਕੇ? ਦੇਖੋ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਦੇ ਵੀ ਤੁਸੀਂ ਦਿਮਾਗ ਦੇ ਵਿੱਚ ਇਹ ਚੀਜ਼ਾਂ ਨਾ ਬਣਾ ਕੇ ਆਓ ਕਿ ਤੁਸੀਂ ਕਨੇਡਾ ਜਾ ਰਹੇ ਹੋ, ਤੁਸੀਂ ਉੱਥੇ ਜਾ ਕੇ ਗੱਡੀ ਲੈਣੀ ਹੈ, ਤੁਸੀਂ ਉੱਥੇ ਜਾ ਕੇ ਇੰਜੋਏ ਕਰਨਾ ਆ, ਹੈ ਨਾ? ਸੋ ਪਹਿਲੇ 1-2 ਸਾਲ ਉਹ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ। ਅਗਰ ਤੁਸੀਂ ਇੱਕ ਗਰਾਊਂਡ ਲੈਵਲ 'ਤੇ ਉਹ ਸਹੀ ਢੰਗ ਨਾਲ ਚੱਲ ਰਹੇ ਹੋ, ਤਾਂ ਤੁਸੀਂ ਆਪਣੀ ਐਜੂਕੇਸ਼ਨ 'ਤੇ ਧਿਆਨ ਦੇ ਰਹੇ ਹੋ, ਔਰ ਤੁਸੀਂ ਸ਼ਿਫਟਾਂ ਵੀ ਲਾ ਰਹੇ ਹੋ, ਨਾਲ ਕੰਮ ਕਾਰ ਵੀ ਦੇਖ ਰਹੇ ਹੋ, ਤੁਸੀਂ ਆਪਣੀ ਫੀਸ ਵੀ ਕੱਢਣੀ ਹੈ, ਤਾਂ ਉਹ ਥੋੜ੍ਹਾ ਜਿਹਾ ਇੱਕ ਕੰਪਲੀਕੇਟ ਹੁੰਦਾ। ਜਦੋਂ ਤੁਸੀਂ ਡਾਇਰੈਕਟਲੀ ਇਹ ਚੀਜ਼ ਦਿਮਾਗ 'ਚ ਬਣਾ ਕੇ ਆਉਂਦੇ ਹੋ ਨਾ, ਤਾਂ ਕਿਤੇ ਨਾ ਕਿਤੇ ਫਿਰ ਇੱਥੇ ਪ੍ਰੋਬਲਮ ਆਉਂਦੀ ਹੈ। ਬੱਚੇ ਕੀ ਕਰਦੇ ਆ, ਆਉਂਦੇ ਹੀ ਗੱਡੀ ਲੈ ਲੈਂਦੇ ਆ, ਕਿਸ ਤਰ੍ਹਾਂ ਦੇ ਈਜ਼ਲੀ ਇੱਥੇ ਗੱਡੀ ਬਹੁਤ ਬਹੁਤ ਸਸਤੀ ਮਿਲ ਜਾਂਦੀ ਹੈ, ਸਸਤੀ ਵੀ ਮਿਲ ਜਾਂਦੀ ਹੈ ਜਾਂ ਕਿਸ ਤਰ੍ਹਾਂ 'ਤੇ ਮਿਲ ਜਾਂਦੀ ਹੈ, ਤਾਂ ਉਹਨਾਂ ਦਾ ਇੱਕ ਹੁੰਦਾ ਹੈ ਕਿ ਅਸੀਂ ਜਾਂਦੇ ਹੀ ਗੱਡੀ ਲੈ ਲਈਏ, ਅਤੇ ਔਰ ਉਹਦੇ ਨਾਲ ਚਲੋ ਇੱਥੇ ਗੱਡੀ ਦੀ ਨੀਡ ਹੈ, ਮੈਂ ਨਹੀਂ ਕਹਾਂਗਾ ਨਹੀਂ ਹੈ, ਬਟ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਕਰਨੀਆਂ ਜ਼ਰੂਰੀ ਹੁੰਦੀਆਂ ਨੇ। ਤਾਂ ਉਹ ਕਿਤੇ ਨਾ ਕਿਤੇ ਜਦੋਂ ਤੁਸੀਂ ਇਹਨਾਂ ਚੀਜ਼ਾਂ 'ਚ ਆ ਕੇ ਫਸ ਜਾਂਦੇ ਹੋ,
ਤਾਂ ਤੁਹਾਡਾ ਸਰਵਾਈਵ ਬਹੁਤ ਔਖਾ ਹੋ ਜਾਂਦਾ ਹੈ। ਤੁਹਾਨੂੰ ਫਿਰ ਤੁਸੀਂ ਪਿੱਛੇ ਪੇਰੈਂਟਸ ਨੂੰ ਵੀ ਪਰੇਸ਼ਾਨ ਕਰਦੇ ਹੋ, ਖੁਦ ਵੀ ਪਰੇਸ਼ਾਨ ਰਹਿੰਦੇ ਹੋ, ਤਾਂ ਇੱਥੇ ਸਿਚੁਏਸ਼ਨ ਬੜੀ ਕੰਪਲੀਕੇਟਿਡ ਹੋ ਜਾਂਦੀ ਹੈ ਬੱਚਿਆਂ ਲਈ। ਤੇ ਭਾਅ ਜੀ ਜਿੱਦਾਂ ਆਪਣੇ ਜਿਹੜੇ ਪੰਜਾਬ ਦੀ ਸਟੂਡੈਂਟ ਲਾਈਫ ਆ, 11ਵੀਂ 12ਵੀਂ ਜਾਂ ਕਾਲਜ ਲਾਈਫ ਹੋ ਗਈ, ਜਿਹੜੇ ਕਾਲਜ ਦੀ ਸਟੂਡੈਂਟ ਲਾਈਫ ਆ, ਤੇ ਕੈਨੇਡਾ ਦੀ ਸਟੂਡੈਂਟ ਲਾਈਫ 'ਚ ਕੀ ਫਰਕ ਤੁਸੀਂ ਜ਼ਿਆਦਾ ਦੇਖਿਆ? ਜਿੱਦਾਂ ਹੁਣ ਤੁਸੀਂ ਵੀ ਸਟੂਡੈਂਟ ਵੀਜ਼ੇ 'ਤੇ ਗਏ ਸੀਗੇ, ਤੇ ਦੋਵਾਂ ਲਾਈਫ ਵਿੱਚ ਕੀ ਫਰਕ ਵਾ? ਦੇਖੋ ਗੱਲ ਇਸ ਤਰ੍ਹਾਂ ਹੈ ਕਿ ਮੇਰਾ ਮੰਨਣਾ ਇਹ ਹੈ ਕਿ ਜਿਹੜੀ ਐਜੂਕੇਸ਼ਨ ਸਾਡੀ ਹੈ ਨਾ, ਜਿੱਥੇ ਅਸੀਂ ਬੋਰਨ ਹੋਏ ਹਾਂ, ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਜਾਂ ਪੂਰੇ ਇੰਡੀਆ ਦੀ ਗੱਲ ਕਰਦੇ ਹੋ ਜਦੋਂ, ਤਾਂ ਸਾਡੀ ਐਜੂਕੇਸ਼ਨ ਬੈਟਰ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਹਾਂ, ਸਾਨੂੰ ਥੋੜ੍ਹਾ ਜਿਹਾ ਲੱਗਦਾ ਜ਼ਰੂਰ ਹੈ ਕਿ ਇੱਥੋਂ ਦੀ ਐਜੂਕੇਸ਼ਨ ਬਹੁਤ ਵਧੀਆ ਹੈ ਜਾਂ ਬਹੁਤ, ਬਟ ਉਨੀ ਡੈਪਥ ਦੇ ਵਿੱਚ, ਉਨੀ ਡੂੰਘਾਈ ਦੇ ਵਿੱਚ ਜਿਹੜੀ ਸਟੱਡੀ ਇੱਥੇ ਨਹੀਂ ਕਰਵਾਈ ਜਾਂਦੀ ਗੀ। ਠੀਕ ਹੈ, ਤੁਸੀਂ ਆਉਂਦੇ ਹੋ ਇੱਥੇ ਇੱਕ ਗਰੋਥ ਲਈ ਆਉਂਦੇ ਹੋ, ਤਾਂ ਉਹ ਵਧੀਆ ਚੀਜ਼ ਹੈ। ਬਟ ਇੱਕ ਹੋਰ ਪੱਖੇ ਦਾ ਇਹ ਹੈਗਾ ਕਿ ਜੇ ਤੁਸੀਂ ਗੱਲ ਕਰਦੇ ਹੋ ਕਿ ਤੁਸੀਂ ਉੱਥੇ ਰਹਿ ਰਹੇ ਹੋ, ਹੈ ਨਾ, ਉੱਥੇ ਰਹਿ ਕੇ ਤੁਹਾਨੂੰ ਇੰਨੀਆਂ ਡਿਫੀਕਲਟੀਜ਼ ਫੇਸ ਨਹੀਂ ਕਰਨੀਆਂ ਪੈਂਦੀਆਂ ਹੈਗੀਆਂ। ਇੱਥੇ ਪ੍ਰੋਪਰ ਤੁਸੀਂ ਐਜੂਕੇਸ਼ਨ 'ਤੇ ਧਿਆਨ ਵੀ ਨਹੀਂ, ਸਟੂਡੈਂਟ ਦਾ ਮਤਲਬ ਪ੍ਰੋਪਰ ਨਹੀਂ ਜਾਂਦਾ, ਕਿਉਂਕਿ ਨਾਲ ਨਾਲ ਤੁਸੀਂ ਦੇਖੋ ਸ਼ਿਫਟਾਂ ਲਾ ਰਹੇ ਹੋ, 10-8 ਘੰਟੇ ਦੀ 10 ਘੰਟੇ ਦੀ ਸ਼ਿਫਟ ਬੱਚਾ ਲਾ ਕੇ ਆ ਰਿਹਾ ਆ, ਔਰ ਉਹਦੇ ਨਾਲ ਅਗਰ ਉਹ 6-7 ਘੰਟੇ ਦੀ ਕਲਾਸ ਵੀ ਲਾ ਰਿਹਾ, ਤਾਂ ਤੁਸੀਂ ਅੰਡਰਸਟੈਂਡ ਕਰਦੇ ਹੋ ਕਿ ਉਹ ਦੈਟ ਵੁੱਡ ਬੀ ਰੀਅਲੀ ਡਿਫੀਕਲਟ ਫੋਰ ਐਵਰੀਵਨ, ਰਾਈਟ? ਅਗਰ ਤੁਸੀਂ 16-17 ਘੰਟੇ ਇਨਵੈਸਟ ਕਰ ਰਹੇ ਹੋ, ਹੈ ਨਾ, ਔਰ ਤੁਸੀਂ ਸੌਣਾ ਵੀ ਹੈ, ਖਾਣਾ ਪੀਣਾ ਵੀ ਹੈ, ਦੋਨੋਂ ਚੀਜ਼ਾਂ ਹੀ ਹੈ, ਦੋਨੋਂ ਚੀਜ਼ਾਂ ਹੀ, ਉਹ ਕਾਫੀ ਕੰਪਲੀਕੇਟਿਡ ਹੈ ਲਾਈਫ ਇੱਥੇ। ਅਗਰ ਤੁਸੀਂ ਮਿਹਨਤ ਕਰਦੇ ਹੋ, ਇੱਕ ਹੋਰ ਪੱਖ ਮੈਂ ਜ਼ਰੂਰ ਰੱਖਾਂਗਾ, ਮਿਹਨਤ ਕਰਦੇ ਹੋ, ਪ੍ਰੋਪਰ ਤੁਹਾਡੀ ਸਟ੍ਰੈਟਜੀ ਬਣਾਈ ਹੋਈ ਹੈ ਔਰ ਤੁਸੀਂ ਫੋਕਸਡ ਹੋ, ਤਾਂ ਐਜੂਕੇਸ਼ਨ ਨੂੰ ਅਗਰ ਮੈਂ ਇੱਕ ਸਾਈਡ 'ਤੇ ਰੱਖਦਾ ਕਿ ਹਾਂ, ਐਜੂਕੇਸ਼ਨ ਮੈਂ ਇਹ ਨਹੀਂ ਕਹਾਂਗਾ ਬਹੁਤ ਬੁਰੀ ਹੈ, ਐਜੂਕੇਸ਼ਨ ਠੀਕ ਹੈ, ਬਟ ਹਾਂ, ਜਦੋਂ ਸਾਡੇ ਉੱਥੇ ਕਰਵਾਉਂਦੇ ਆ ਬਹੁਤ ਡੀਪਲੀ ਸਾਡੀ ਚੀਜ਼ਾਂ ਹੁੰਦੀਆਂ, ਹੈ ਨਾ, ਸਕਿੱਲਡ, ਸਾਡੀ ਸਕਿੱਲ ਬਹੁਤ ਬੈਟਰ ਹੈ, ਇਸੇ ਕਰਕੇ ਸਾਡੇ ਇੱਥੇ ਬੰਦੇ ਜਦੋਂ ਆਉਂਦੇ ਆ ਜਿਹਨਾਂ ਕੋਲ ਐਕਸਪੀਰੀਅੰਸ ਹੈਗਾ, ਤਾਂ ਉਹ ਗਰੋਥ ਜ਼ਿਆਦਾ ਵਧੀਆ ਢੰਗ ਨਾਲ ਕਰਦੇ ਆ, ਇਹ ਚੀਜ਼ ਇੱਥੇ ਹੈਗੀ ਹੈ ਜੀ। ਬਟ ਇਹ ਕੰਟਰੀ ਤੁਹਾਨੂੰ ਦਿੰਦੀ ਹੈ, ਕਾਫੀ ਕੁਛ ਦਿੰਦੀ ਹੈ ਕੰਟਰੀ, ਅਗਰ ਤੁਸੀਂ ਪ੍ਰੋਪਰ ਆਪਣਾ ਇੱਕ ਫੋਕਸ ਬਣਾ ਕੇ ਚੱਲਦੇ ਹੋ ਨਾ, ਤਾਂ ਚੀਜ਼ਾਂ 'ਚ ਇਨਵੋਲਵ ਹੁੰਦੇ ਹੋ, ਸਹੀ ਢੰਗ ਨਾਲ ਇਨਵੋਲਵ ਹੁੰਦੇ ਹੋ, ਔਰ ਇਹ ਕੰਟਰੀ ਤੁਹਾਨੂੰ ਬਹੁਤ ਕੁਛ ਦਿੰਦੀ ਹੈ, ਉਨੀ ਤੁਹਾਡੀ ਇੱਕ ਵਧੀਆ ਇਨਕਮ ਹੁੰਦੀ ਹੈ, ਤੁਸੀਂ ਪੇਰੈਂਟਸ ਨੂੰ ਪਿੱਛੇ ਦੇਖ ਸਕਦੇ ਹੋ, ਉਹਨਾਂ ਨੂੰ ਪੈਸਾ ਭੇਜਣਾ ਆ, ਆਪਣਾ ਫਿਊਚਰ ਸੇਵ ਕਰ ਸਕਦੇ ਹੋ, ਤਾਂ ਕਾਫੀ ਕੁਛ ਹੈ, ਕਾਫੀ ਕੁਛ ਹੈਗਾ ਆ। ਬਟ ਮੈਂ ਐਟ ਦੈਂਡ ਫਿਰ ਉਹੀ ਗੱਲ ਆਉਂਦੀ ਹੈ ਕਿ ਉਹ ਡਿਪੈਂਡ ਕਰਦਾ ਹੈ ਤੁਸੀਂ ਸੋਚ ਕਿਸ ਤਰ੍ਹਾਂ ਰਹੇ ਹੋ, ਤਾਂ ਔਰ ਤੁਹਾਡਾ ਵਿਊ ਪੁਆਇੰਟ ਕੀ ਹੈ ਤੁਹਾਨੂੰ ਲੈ ਕੇ, ਜੇ ਤੁਸੀਂ ਐਸ਼ ਕਰਨ ਆ ਰਹੇ ਹੋ ਤਾਂ ਨੋ, ਆਈ ਵੁਡਨਟ ਐਪਰੀਸ਼ੀਏਟ ਦੈਟ, ਰਾਈਟ? ਉਹ ਥੋੜ੍ਹਾ ਜਿਹਾ ਔਖਾ ਹੋਏਗਾ ਤੁਹਾਨੂੰ। ਅਗਰ ਤੁਸੀਂ ਆ ਰਹੇ ਹੋ, ਮਨ ਬਣਾ ਕੇ ਆਏ ਹੋ ਕਿ ਤੁਸੀਂ ਆਪਣੇ ਆਪ ਦੀ ਗਰੋਥ ਕਰਨੀ ਆ, ਤਾਂ ਕਾਫੀ ਵਧੀਆ ਕੰਟਰੀ ਹੈ, ਇਹਨੂੰ ਗਲਤ ਨਹੀਂ ਕਹਾਂਗਾ ਮੈਂ। ਤੇ ਭਾਅ ਜੀ ਜਿੱਦਾਂ ਇੱਕ ਆਪਣੀ, ਜਿੱਦਾਂ ਪੰਜਾਬ ਵਿੱਚ ਆਪਾਂ ਸਟੱਡੀ ਕਰਦੇ ਹਾਂ ਜਾਂ ਇੰਡੀਆ ਦੇ ਵਿੱਚ ਆਪਾਂ ਕਿਸੇ ਵੀ ਕਾਲਜ ਯੂਨੀਵਰਸਿਟੀ ਵਿੱਚ ਸਟੱਡੀ ਕਰਦੇ ਹਾਂ, ਮੰਨ ਲਓ ਕੋਈ BA ਜਾਂ BCOM ਕਰਦਾ, ਤੇ ਉਹ ਆਪਣੀ ਲਾਈਨ ਉਹੀ ਚੂਜ਼ ਕਰਕੇ ਚੱਲਦਾ, ਜਿੱਦਾਂ BCOM ਵਾਲੇ ਜ਼ਿਆਦਾਤਰ ਬੈਂਕਿੰਗ ਵਿੱਚ ਜਾਂਦੇ ਆ, BA ਵਾਲੇ ਪੰਜਾਬ ਪੁਲਿਸ ਜਾਂ ਕੋਈ ਹੋਰ ਮਹਿਕਮਿਆਂ ਵਿੱਚ ਜਾਂਦੇ ਆ। ਤੇ ਜਿੱਦਾਂ ਹੁਣ ਕੈਨੇਡਾ ਵਿੱਚ ਜਿਹੜੇ ਕੋਰਸ ਆਪਾਂ ਚੂਜ਼ ਕਰਦੇ ਹਾਂ, ਕੋਈ ਵੀ ਸਟੂਡੈਂਟ ਚੂਜ਼ ਕਰਦਾ, ਤੇ ਭੱਲ ਕੇ ਉਹ ਉਸੇ ਫੀਲਡ ਵਿੱਚ ਰਹਿੰਦਾ ਕਿ ਉਹ ਫੀਲਡ ਵੱਖਰੀ ਵੱਖਰੀ ਹੋ ਜਾਂਦੀ ਆ ਕੰਮਾਂ ਨੂੰ ਲੈ ਕੇ, ਜਾਂ ਉਹ ਆਪਣੇ ਕੀ ਦੇਖਦਾ ਜੀ? ਇਹ ਇਸ ਤਰ੍ਹਾਂ ਆ ਕਿ ਚਲੋ ਮੈਂ ਕੀ ਕੈਨਾਲਾਈਜ਼ ਦੱਸਦਾ ਹਾਂ ਤੁਹਾਨੂੰ, ਜ਼ਿਆਦਾਤਰ ਕੀ ਹੁੰਦਾ ਕਿ ਉੱਥੇ ਐਜੂਕੇਸ਼ਨ ਜਿਹੜੀ ਤੁਸੀਂ ਕੀਤੀ ਹੈ ਨਾ, ਤਾਂ ਬੇਸਿਕਲੀ ਸਭ ਤੋਂ ਪਹਿਲਾਂ ਤੁਸੀਂ ਰਸਤਾ ਲੱਭਦੇ ਹਾਂ ਕੈਨੇਡਾ ਆਉਣ ਦਾ, ਔਰ ਉਹਦੇ ਲਈ ਚਲੋ ਹੁਣ ਤਾਂ ਰੂਲ ਕਾਫੀ ਚੇਂਜ ਹੋ ਰਹੇ ਆ, ਰਾਈਟ? ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਕੋਈ ਵੀ ਕੋਰਸ ਮਿਲ ਜਾਵੇ ਔਰ ਉਹਦੇ ਰਿਲੇਟਡ ਅਸੀਂ ਇੱਥੇ ਸਾਡੀ ਇੱਕ ਵਾਰੀ ਐਂਟਰੀ ਹੋ ਜਾਵੇ,
ਇੱਕ ਪਹਿਲੀ ਚੀਜ਼ ਇਹ ਹੈ, ਦੂਸਰੀ ਚੀਜ਼ ਇਹ ਹੈ ਕਿ ਤੁਸੀਂ ਸਿਮਿਲਰ ਕੋਰਸ ਲੈ ਕੇ ਆਉਂਦੇ ਹੋ ਆਪਣੀ ਫੀਲਡ ਦਾ, ਉਹ ਇੱਥੇ ਆ ਕੇ ਕਰਦੇ ਹੋ ਔਰ ਉਹ ਤੁਹਾਨੂੰ ਬੈਨੀਫਿਟ ਕਰਦਾ ਆ, ਐਡਵਾਂਸਮੈਂਟ ਲਈ ਉਹ ਬਹੁਤ ਵਧੀਆ ਚੀਜ਼ ਹੈਗੀ ਆ। ਔਰ ਇੱਕ ਪੱਖ ਹੋਰ ਹੈ, ਇੱਕ ਪੱਖ ਇਹ ਵੀ ਹੈ ਕਿ ਅਗਰ ਤੁਸੀਂ ਉੱਥੇ ਗ੍ਰੈਜੂਏਸ਼ਨ ਕੀਤੀ ਹੈ, ਇੱਥੇ ਮਾਸਟਰਸ ਲਈ ਆ ਰਹੇ ਹੋ, ਰਾਈਟ, ਜਾਂ ਕੁਛ ਇੱਦਾਂ ਦਾ ਸਿਮਿਲਰ ਕੋਰਸ ਦੇ ਕੇ ਆ ਰਹੇ ਹੋ, ਕੋਈ ਵਧੀਆ ਫੀਲਡ ਜਿਹੜੀ ਹੈਗੀ ਹੈ ਉਹਨਾਂ ਲਈ ਤੁਸੀਂ ਦੇ ਕੇ ਆ ਰਹੇ ਹੋ, ਤਾਂ ਉਹਨਾਂ ਦੀ ਫੀਸ ਜਿਹੜੀ ਹਾਇਰ ਹੁੰਦੀ ਹੈ, ਕਲਾਸਿਸ ਬਹੁਤ ਜ਼ਿਆਦਾ ਹੁੰਦੀਆਂ ਆ। ਸਟੂਡੈਂਟ ਕੁਛ ਇੱਦਾਂ ਦੇ ਵੀ ਸਟੂਡੈਂਟ ਹੈਗੇ ਆ ਜਿਹੜੇ ਸੋਚ ਕੇ ਆਉਂਦੇ, ਮਨ ਬਣਾ ਕੇ ਆਉਂਦੇ ਕਿ ਮੈਂ ਪਿੱਛੇ ਐਜੂਕੇਸ਼ਨ ਲਈ ਹੋਈ ਹੈ, ਮੈਂ ਉਹਦੇ ਰਿਲੇਟਡ ਅੱਗੇ ਜਾ ਕੇ ਸੇਮ ਕੋਰਸ ਲਵਾਂਗਾ, ਰਾਈਟ। ਅਤੇ ਉਸੇ ਕੋਰਸ 'ਚ ਜਦੋਂ ਤੁਸੀਂ ਇਨਵੋਲਵ ਹੁੰਦੇ ਆ, ਉਹਦੀਆਂ 6 ਤੋਂ 6 ਦਿਨ ਉਹਦੀਆਂ ਕਲਾਸਾਂ ਨੇ, ਰਾਈਟ, 5 ਦਿਨ ਕਲਾਸਾਂ ਨੇ ਸਪੋਜ਼, ਤਾਂ ਤੁਸੀਂ 5 ਦਿਨ ਜਦੋਂ ਸਟੱਡੀ ਕਰਦੇ ਹੋ, ਫਿਰ ਤੁਹਾਡੇ ਕੋਲ ਕੰਮ ਕਰਨ ਨੂੰ ਟਾਈਮ ਨਹੀਂ ਮਿਲਦਾ ਤੁਹਾਨੂੰ, ਫਿਰ ਤੁਸੀਂ ਫੀਸਾਂ ਵੀ ਕੱਢਣੀਆਂ ਹੁੰਦੀਆਂ, ਤੁਸੀਂ ਰੈਂਟ ਦੇਣਾ ਆ, ਤੁਸੀਂ ਗਰੋਸਰੀ ਕਰਨੀ ਹੈ, ਐਵਰੀਥਿੰਗ, ਰਾਈਟ। ਉਦੋਂ ਪ੍ਰੋਬਲਮ ਆਉਂਦੀ ਹੈ, ਉਦੋਂ ਪ੍ਰੋਬਲਮ ਆਉਂਦੀ ਹੈ, ਫਿਰ ਉਹ ਫੋਕਸ ਨਹੀਂ ਕਰ ਪਾਉਂਦੇ, ਉਹਨਾਂ ਤੋਂ ਹੋ ਨਹੀਂ ਪਾਉਂਦਾ ਗਾ। ਸੋ ਐਜੂਕੇਸ਼ਨ ਸਿਮਿਲਰ ਲੈ ਕੇ ਆਉਂਦੇ ਹੋ, ਬਹੁਤ ਵਧੀਆ ਚੀਜ਼ ਹੈ, ਉਹ ਮਾੜੀ ਚੀਜ਼ ਨਹੀਂ ਹੈਗੀ ਮੈਂ ਕਹਾਂਗਾ, ਬਟ ਉਹਦੇ ਲਈ ਪ੍ਰੋਪਰ ਤੁਹਾਡੇ ਕੋਲ ਜਿਹੜਾ ਫਾਈਨੈਂਸ਼ੀਅਲ ਜਿਹੜੀ ਸਪੋਰਟ ਹੋਣੀ ਬਹੁਤ ਜ਼ਰੂਰੀ ਆ। ਹੁਣ ਮੈਂ ਕੁਛ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅਤੇ ਇੱਥੇ ਹੁਣ ਕੁਛ ਸਟੂਡੈਂਟ ਇੱਦਾਂ ਦੇ ਨੇ ਕਿ ਉੱਥੋਂ ਉਹਨਾਂ ਨੇ ਕੋਰਸ ਲਿਆ, ਕੋਈ ਨੋਰਮਲ ਇੱਕ ਵਾਰੀ ਕੋਰਸ ਲੈ ਕੇ ਇੱਥੇ ਆ ਗਏ, ਫਿਰ ਉਹ ਕੀ ਕਰਦੇ ਆ, ਜਿਹੜਾ PR ਹੁੰਦੇ ਆ ਨਾ, PR ਹੋਣ ਤੋਂ ਬਾਅਦ ਕਿਸੇ ਯੂਨੀਵਰਸਿਟੀ ਕਾਲਜਸ ਦੇ ਵਿੱਚ ਐਡਮਿਸ਼ਨ ਲੈਂਦੇ ਆ, ਕਿਉਂਕਿ ਤੁਹਾਡੀ ਜਿਹੜੀ ਫੀਸ ਹੈ ਫਿਰ ਉਹ ਬਹੁਤ ਘੱਟ ਜਾਂਦੀ ਹੈ, ਤਾਂ ਆਪਣੀ ਉਹ ਸਟੱਡੀ ਕੰਟੀਨਿਊ ਕਰਦੇ ਨੇ, ਅੱਗੇ ਕਰਦੇ ਨੇ ਜੀ। ਔਰ ਮੈਨੂੰ ਇੱਕ ਸਭ ਤੋਂ ਚੀਜ਼ ਵਧੀਆ ਇਹ ਲੱਗਦੀ ਹੈ ਕਿ ਜਿਹੜੇ ਸਾਡੇ ਲੋਕ ਹੈ ਨਾ, ਉਹਨਾਂ ਕੋਲ ਸਕਿੱਲ ਬਹੁਤ ਵਧੀਆ ਆ। ਅਸੀਂ ਕਿਸੇ ਵੀ ਫੀਲਡ ਦੇ ਵਿੱਚ ਜਾਂਦੇ ਹਾਂ, ਇੱਥੇ ਬਹੁਤ ਗਰੋਥ ਹੈਗੀ ਆ, ਜੋ ਤੁਹਾਡੇ ਕੋਲ ਸਕਿੱਲ ਬਹੁਤ ਨੇ, ਬਹੁਤ ਸਾਰੀਆਂ ਸਕਿੱਲਸ ਨੇ, ਤੁਸੀਂ ਬਹੁਤ ਡੀਪ, ਕਿਉਂਕਿ ਮੈਂ ਜਿਵੇਂ ਪਹਿਲਾਂ ਮੈਂਸ਼ਨ ਕੀਤਾ ਕਿ ਅਸੀਂ ਚੀਜ਼ਾਂ ਡੀਪਲੀ ਕਰਦੇ ਹਾਂ, ਸਾਨੂੰ ਬਹੁਤ ਚੀਜ਼ਾਂ ਡੀਪਲੀ ਪੜ੍ਹਾਈਆਂ ਜਾਂਦੀਆਂ, ਉੱਥੇ ਇੱਥੇ ਉਹ ਇੰਨਾ ਇਨਵਾਇਰਮੈਂਟ ਨਹੀਂ ਹੈਗਾ ਗਾ, ਤਾਂ ਉਸ ਚੀਜ਼ ਦਾ ਬੈਨੀਫਿਟ ਸਾਨੂੰ ਹੁੰਦਾ ਹੈ। ਤੁਸੀਂ ਕਿਸੇ ਵੀ ਏਰੀਏ 'ਚ ਚਲੇ ਜਾਓ, ਕਿਸੇ ਵੀ ਫੀਲਡ ਦੇ ਵਿੱਚ ਚਲੇ ਜਾਓ, ਤੁਹਾਨੂੰ ਹਰ ਪਾਸੇ ਆਪਣੇ ਬੰਦੇ ਮਿਲਣਗੇ, ਤਾਂ ਉਹ ਬੜੀ ਵਧੀਆ ਚੀਜ਼ ਹੈ, ਇੱਕ ਚੀਜ਼ ਦੀ ਖੁਸ਼ੀ ਹੁੰਦੀ ਹੈ ਜੀ। ਅਤੇ ਭਾਅ ਜੀ, ਐਜੂਕੇਸ਼ਨ ਤੋਂ ਇਲਾਵਾ ਇੱਕ ਸਵਾਲ ਪੁੱਛਦਾ ਕਿ ਕਨੇਡਾ, ਕਨੇਡਾ ਲੱਗਦਾ ਵੀ ਆ ਕਿ ਪੰਜਾਬ ਵੀ ਲੱਗਦਾ, ਜਿੱਦਾਂ ਹੁਣ ਭਰ ਭਰ ਕੇ ਤਾਂ ਸਾਰੇ ਕਨੇਡਾ ਜਾਈ ਜਾਂਦੇ ਆ, ਅਤੇ ਉੱਥੇ ਲੱਗਦਾ ਵੀ ਆ ਕਿ ਕਨੇਡਾ ਆਏ ਆ, ਜਿੱਦਾਂ ਹੁਣ ਕੋਈ ਤੁਰਿਆ ਜਾਂਦਾ ਪੰਜਾਬੀ ਮਿਲਦਾ ਜਾਂ ਕਿੱਦਾਂ ਤੁਹਾਨੂੰ? ਦੇਖੋ, ਇਹ ਬੜੀ ਫਨੀ ਚੀਜ਼ ਇਹ ਹੈ ਕਿ ਜਿਵੇਂ ਕਹਿੰਦੇ ਵੀ ਦੂਜਾ ਪੰਜਾਬ ਬ੍ਰੈਂਪਟਨ ਵਾਸਾ ਆ, ਅਤੇ ਜੇ ਤੁਸੀਂ ਬ੍ਰੈਂਪਟਨ ਚਲੇ ਜਾਓ ਤਾਂ ਫਿਰ ਤਾਂ ਤੁਹਾਨੂੰ ਫੀਲ ਨਹੀਂ ਹੁੰਦਾ, ਫਿਰ ਤਾਂ ਤੁਹਾਨੂੰ ਲੱਗਦਾ ਕਿ ਪੰਜਾਬ ਤੁਰੇ ਫਿਰਦੇ ਆ, ਹਰ ਮੋੜ 'ਤੇ ਉਹ ਇੱਦਾਂ ਲੱਗਦਾ ਕਿ ਗੋਰੇ ਉੱਥੇ ਘੁੰਮਣ ਆਏ ਆ ਅਤੇ ਤੁਸੀਂ ਇੱਥੇ ਮਾਲਕ ਹੋ, ਇਹ ਚੀਜ਼ ਹੈਗੀ ਹੈ। ਅਤੇ ਜੇ ਅਗਰ ਤੁਸੀਂ ਥੋੜ੍ਹੇ ਜਿਹੇ ਸ਼ਿਫਟ ਕਰਦੇ ਹੋ ਨਾ, ਕਿਸੇ ਹੋਰ ਏਰੀਏ ਦੇ ਵਿੱਚ ਜਾਂਦੇ ਹੋ, ਰਾਈਟ, ਜਿਵੇਂ ਮੈਂ ਗੱਲ ਕਰਦਾ ਪਿਆ ਵੀ ਮੈਂ ਇੱਧਰ ਕਿਸੇ ਨਾਲ ਸਾਈਡ 'ਤੇ ਹੈਗਾ ਆ, ਇਹਦੇ ਵਿੱਚ ਵੀ ਚਲੋ ਹੁਣ ਤਾਂ ਥੋੜ੍ਹੇ ਲੋਕ ਕਾਫੀ ਸ਼ਿਫਟ ਹੋ ਰਹੇ ਨੇ, ਹੈ ਨਾ, ਤਾਂ ਡਿਫਰੈਂਟ ਏਰੀਏ ਨੇ, ਉਹ ਡਿਪੈਂਡ ਕਰਦਾ ਕਿਸ ਏਰੀਏ 'ਚ ਤੁਸੀਂ ਰਹਿ ਰਹੇ ਹੋ, ਤਾਂ ਉਸੇ 'ਤੇ ਉਸੇ ਹਿਸਾਬ ਨਾਲ ਤੁਹਾਨੂੰ ਇਨਵਾਇਰਮੈਂਟ ਮਿਲੇਗਾ। ਬਾਕੀ ਕਾਫੀ ਵਧੀਆ ਆ, ਤੁਸੀਂ ਮੈਨੂੰ ਲੱਗਦਾ ਕਿ ਇੱਕ ਇੱਕ ਵਿਊ ਪੁਆਇੰਟ ਜਿਹੜਾ ਡਿਫਰੈਂਟ ਹੋਣਾ ਬਹੁਤ ਜ਼ਰੂਰੀ ਹੈ, ਉਹਦਾ ਇਹ ਹੈ ਕਿ ਦੇਖੋ ਤੁਸੀਂ ਪੰਜਾਬ 'ਚ ਰਹਿ ਕੇ ਆਏ ਹੋ, ਤੁਸੀਂ ਇੰਡੀਆ 'ਚ ਰਹਿ ਕੇ, ਤੁਸੀਂ ਕਿਸੇ ਵੀ ਕੰਟਰੀ 'ਚ ਰਹਿ ਕੇ ਆਏ ਹੋ, ਰਾਈਟ, ਅਗਰ ਤੁਸੀਂ ਚਾਹੋਗੇ ਕਿ ਤੁਸੀਂ ਉਹ ਸੇਮ ਕਲਚਰ ਦੇ ਵਿੱਚ ਜਾ ਕੇ ਰਹੋ, ਤਾਂ ਤੁਹਾਨੂੰ ਸਿੱਖਣ ਨੂੰ ਨਹੀਂ ਮਿਲੇਗਾ, ਤੁਸੀਂ ਸੇਮ ਚੀਜ਼ਾਂ ਉੱਥੇ ਫੇਸ ਕੀਤੀਆਂ, ਸੇਮ ਇਨਵਾਇਰਮੈਂਟ, ਸੇਮ ਬਿਹੇਵੀਅਰ, ਉਹ ਹਰ ਇੱਕ ਚੀਜ਼ ਤੁਹਾਨੂੰ ਸੇਮ ਮਿਲ ਰਹੀ ਹੈ, ਤਾਂ ਤੁਹਾਡੀ ਜਿਹੜੀ ਹੈ ਤੁਸੀਂ ਸਿੱਖ ਨਹੀਂ ਪਾਓਗੇ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸਿੱਖ ਨਹੀਂ ਪਾਓਗੇ। ਜਦੋਂ ਤੁਸੀਂ ਅਲੱਗ ਕਲਚਰ ਨਾਲ ਇਨਵੋਲਵ ਹੁੰਦੇ ਹੋ ਨਾ, ਅਲੱਗ ਅਲੱਗ ਲੋਕਾਂ ਨੂੰ ਮਿਲਦੇ ਹੋ, ਉਹਨਾਂ ਦਾ ਮਾਇੰਡ ਸੈਟਅਪ ਜਿਹੜਾ ਬਹੁਤ ਡਿਫਰੈਂਟ ਹੁੰਦਾ ਹੈ, ਤਾਂ ਉੱਥੇ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ। ਤਾਂ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ
ਅਲੱਗ ਅਲੱਗ ਲੋਕਾਂ ਨਾਲ ਮਿਲੋ, ਅਲੱਗ ਅਲੱਗ ਕੰਟਰੀਜ਼ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਮਿਲੋ, ਉਹਨਾਂ ਨਾਲ ਕਨਵਰਸੇਸ਼ਨ ਰੱਖੋ, ਹੈ ਨਾ, ਉਹਨਾਂ ਨਾਲ ਲਿੰਕ ਬਣਾਓ, ਅੱਛੇ ਲਿੰਕ ਬਣਾਓ, ਤੁਸੀਂ ਬੈਠੋ, ਤੁਹਾਨੂੰ ਸਿੱਖਣ ਨੂੰ ਬੜਾ ਕੁਛ ਮਿਲਦਾ ਹੈ, ਕਿਉਂ ਭਾਈ ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ। ਹਾਂਜੀ ਇਹ ਤਾਂ ਹੈ। ਜਿੱਦਾਂ ਭਾਅ ਜੀ ਚਲੋ ਆਪਾਂ ਤਾਂ ਪਹਿਲਾਂ ਦੇ ਜਾਣਦੇ ਹਾਂ, ਆਪਾਂ ਨੂੰ ਇੱਕ ਦੂਜੇ ਦੀ ਐਜੂਕੇਸ਼ਨ ਬਾਰੇ ਪਤਾ ਆ, ਅਤੇ ਤੁਸੀਂ ਮਤਲਬ ਕਿ ਇੱਥੇ ਵੀ ਕਾਫੀ ਵਧੀਆ ਸਟੱਡੀ ਕਰਦੇ ਪਏ ਸੀਗੇ, ਅਤੇ ਤੁਹਾਨੂੰ ਉੱਥੇ ਜਿੱਦਾਂ ਤੁਸੀਂ ਮਾਸਟਰਸ ਕਰਦੇ ਪਏ, ਜਿੱਦਾਂ ਹੁਣ ਕਈ ਜਿਹੜੇ ਪਲੱਸ ਵਨ ਪਲੱਸ ਟੂ ਕਰਕੇ ਚਲੇ ਜਾਂਦੇ, ਪਲੱਸ ਟੂ ਕਰਕੇ ਨਾ, ਜਿੱਦਾਂ ਬੇਸਿਕਲੀ, ਅਤੇ ਉੱਥੇ ਆ ਕੇ ਉਹ ਜਿੱਦਾਂ ਹੁਣ ਜ਼ਿਆਦਾ ਮੈਚੋਰਿਟੀ ਵੀ ਨਹੀਂ ਹੁੰਦੀ, ਹੁਣ ਜਿੱਦਾਂ ਕਈ ਜ਼ਿੰਮੇਵਾਰੀਆਂ ਪਈਆਂ ਨਹੀਂ ਹੁੰਦੀਆਂ, ਕਈ ਚੀਜ਼ਾਂ ਹੰਢਾਈਆਂ ਨਹੀਂ ਹੁੰਦੀਆਂ ਆਪਾਂ, ਅਤੇ ਉੱਥੇ ਆ ਕੇ ਉਹ ਸਟੂਡੈਂਟ ਜ਼ਿਆਦਾ ਫਸਦੇ ਆ ਕਿ ਜਿਹੜੇ ਮਾਸਟਰਸ ਕਰਕੇ ਆਉਂਦੇ ਆ ਉਹ ਫਸਦੇ ਆ? ਦੇਖੋ ਮੈਂ ਸਭ ਤੋਂ ਪਹਿਲੀ ਚੀਜ਼ ਤਾਂ ਇਹ ਕਹੂੰਗਾ ਕਿ ਚਲੋ ਇੱਕ ਇੱਕ ਟ੍ਰੈਂਡ ਸੀਗਾ ਕਿ ਪਲੱਸ ਟੂ ਤੋਂ ਬਾਅਦ, ਹੁਣ ਵੀ ਕੁਛ ਲੋਕ ਫੋਲੋ ਕਰਦੇ ਨੇ, ਥੋੜ੍ਹਾ ਜਿਹਾ ਚੇਂਜ ਹੋਇਆ ਇਸ ਸਾਲ ਕਿ ਪਲੱਸ ਟੂ ਤੋਂ ਬਾਅਦ ਬੱਚੇ ਨੂੰ ਬਾਹਰ ਭੇਜ ਦਿਓ। ਸੋ ਮੈਂ ਇਹ ਚੀਜ਼ ਨੂੰ ਬਿਲਕੁਲ ਵੀ ਐਪਰੀਸ਼ੀਏਟ ਨਹੀਂ ਕਰਦਾ। ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਹੈ। ਪਲੱਸ ਟੂ ਕਲੀਅਰ ਕਰਨ ਤੋਂ ਬਾਅਦ ਇੱਕ ਫਰੈਸ਼ ਬੱਚਾ, ਰਾਈਟ, ਉਹਨੂੰ ਆਜ਼ਾਦੀ ਮਿਲਦੀ ਹੈ, ਉਹਨੂੰ ਆਜ਼ਾਦੀ ਮਿਲਦੀ ਹੈ, ਇੱਕ ਇੱਕ ਬੜੀ ਖੁੱਲ੍ਹੀ ਆਜ਼ਾਦੀ ਮਿਲ ਜਾਂਦੀ ਹੈ ਸਡਨਲੀ, ਔਰ ਉਹਦਾ ਮਾਇੰਡ ਸੈਟਅਪ ਜਿਹੜਾ ਉਹ ਪ੍ਰਪੇਅਰ ਨਹੀਂ ਹੁੰਦਾ, ਨਾ ਤਾਂ ਉਹ ਸਟਰਗਲ ਕਰ ਪਾਉਂਦਾ ਹੈ, ਠੀਕ ਹੈ, ਉਸ ਢੰਗ ਨਾਲ ਆਪਣੇ ਆਪ ਦੀ ਗਰੋਥ ਨਹੀਂ ਕਰ ਪਾਉਂਦਾ ਹੈਗਾ। ਪਹਿਲਾਂ ਮੈਂ ਇਹ ਚੀਜ਼ ਨੂੰ ਕਲੀਅਰ ਕਰੂੰਗਾ, ਗਰੋਥ ਕਿਵੇਂ ਨਹੀਂ ਕਰ ਪਾਉਂਦਾ। ਉਹ ਬੱਚਾ ਆਉਂਦਾ ਪਲੱਸ ਟੂ ਤੋਂ ਬਾਅਦ ਆਇਆ ਇੱਥੇ, ਠੀਕ ਹੈ, ਉਹਨੇ ਕਿਤੇ ਜੁਆਇਨ ਕਿਤੇ ਜੋਬ 'ਤੇ ਕਿਸੇ ਲੱਗ ਗਿਆ, ਹੈ ਨਾ, ਸ਼ਿਫਟਾਂ ਲਾ ਰਿਹਾ ਬੱਚਾ, ਕਿਸੇ ਹੋ ਸਕਦਾ ਕਿ ਕਲੀਨਿੰਗ ਕਰ ਰਿਹਾ ਹੋਵੇ, ਉਹ ਕਿਤੇ ਰੈਸਟੋਰੈਂਟ ਦੇ ਵਿੱਚ ਲੱਗਾ ਜਾਂ ਕੁਛ ਵੀ, ਵਾਟ ਐਵਰ, ਰਾਈਟ। ਉਹ ਸਾਰੀ ਜ਼ਿੰਦਗੀ ਨਾ ਉਸੇ ਫੀਲਡ ਦੇ ਵਿੱਚ ਉਹਦੀ ਲਾਈਫ ਲੰਘ ਜਾਂਦੀ ਹੈ, ਤਾਂ ਉਹ ਆਪਣੀ ਗਰੋਥ ਕਰ ਹੀ ਨਹੀਂ ਪਾਉਂਦਾ। ਉਹ ਸਾਰੀ ਜ਼ਿੰਦਗੀ ਉਹਦਾ ਚੱਲਦਾ ਹੈ ਕਿ ਉਹ ਸ਼ਿਫਟਾਂ 'ਤੇ ਰਹਿ ਜਾਂਦਾ ਹੈ ਬੱਚਾ। ਹਾਂਜੀ ਜਿੱਦਾਂ ਆਪਣੇ ਇੱਥੇ ਜਦੋਂ ਪਲੱਸ ਵਨ ਪਲੱਸ ਟੂ ਵਿੱਚ ਕੁੜੀਆਂ ਮੁੰਡੇ ਹੁੰਦੇ ਆ, ਜਿੱਦਾਂ ਕਈਆਂ ਨਾਲ ਚਲੋ ਗੱਲਾਂ ਬਾਤਾਂ ਹੋ ਜਾਂਦੀਆਂ ਨਾ, ਅਤੇ ਉਹ ਕਹਿੰਦੇ ਆ ਕਿ ਜਿੱਦਾਂ ਕਿਤੇ ਆਉਣਾ ਜਾਣਾ ਵੀ ਹੋਵੇ, ਆਪਣੇ ਸ਼ਹਿਰ ਵਿੱਚ ਵੀ ਘੁੰਮਣਾ ਹੋਵੇ, ਕਈ ਵੇਲੇ ਨਿਆਣੇ ਕਹਿ ਦਿੰਦੇ ਕਿ ਸਾਡੇ ਘਰ ਦੇ ਨਹੀਂ ਮੰਨਦੇ, ਸਾਡੇ ਕੋਲ ਜਾ ਨਹੀਂ ਆਉਣਾ, ਪਰ ਜਦੋਂ ਪਲੱਸ ਟੂ ਹੁੰਦੀ ਹੈ ਨਾਲ ਹੀ ਇੱਕਦਮ ਹੀ ਸਾਰਾ ਇਨਵਾਇਰਮੈਂਟ ਖੁੱਲ੍ਹ ਕੇ ਮਿਲ ਜਾਂਦਾ ਆਪਾਂ ਨੂੰ, ਜਦੋਂ ਕਨੇਡਾ ਕੋਈ ਚਲ ਜਾਂਦਾ, ਸਾਰਾ ਕੁਛ ਮਤਲਬ ਕਿ ਘਰ ਦੇ ਇੱਕ ਸਮੀ ਆਜ਼ਾਦੀ ਦੇ ਦਿੰਦੇ ਆ, ਜਿੱਥੇ ਮਰਜ਼ੀ ਜਾਓ, ਚਾਹੇ ਰਾਤ ਦੀ ਸ਼ਿਫਟ ਲਾਓ, ਚਾਹੇ ਜਿੱਦਾਂ ਮਰਜ਼ੀ ਕਰੋ, ਉਹ ਆਜ਼ਾਦੀ ਸਾਂਭ ਹੋ ਜਾਂਦੀ ਉਹਨਾਂ ਤੋਂ। ਦੇਖੋ ਪਹਿਲੀ ਗੱਲ ਤਾਂ ਇਹ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਇੱਥੇ ਜਦੋਂ ਤੁਸੀਂ ਇੱਥੇ ਰਹਿੰਦੇ ਹੋ ਨਾ, ਤਾਂ ਬੱਚੇ ਡਰ ਹੁੰਦਾ ਹੈ ਉਹਨਾਂ ਨੂੰ ਕੋਈ ਦੇਖ ਲੇਗਾ, ਹੈ ਨਾ, ਇੱਥੇ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਤੁਹਾਨੂੰ ਪਹਿਲੀ ਗੱਲ ਤਾਂ ਕੋਈ ਚਲੋ ਇਹ ਹੁੰਦਾ ਕਿ ਸਾਡਾ ਕੌਣ ਇੱਥੇ ਦੇਖ ਲੇਗਾ, ਦੂਸਰੀ ਚੀਜ਼ ਇਹ ਹੈ ਜੀ ਕਿ ਜੇ ਕੋਈ ਦੇਖ ਵੀ ਲਵੇਗਾ ਨਾ, ਕੋਈ ਫਰਕ ਨਹੀਂ ਪੈਂਦਾ, ਤੁਹਾਡਾ ਮਾਇੰਡ ਸੈਟਅਪ ਵੀ ਇੱਦਾਂ ਦਾ ਹੋ ਜਾਂਦਾ ਹੈ। ਇੱਥੇ ਫਰੀਡਮ ਬਹੁਤ ਹੈ, ਇੱਥੇ ਜਿਹੜਾ ਹਿਊਮਨ ਰਾਈਟਸ ਹੈ ਨਾ ਬੜਾ ਸਟਰੋਂਗ ਹੈ, ਤੁਸੀਂ ਕੁਛ ਤੁਸੀਂ ਆਪਦੇ ਬੱਚੇ ਨੂੰ ਕੁਛ ਨਹੀਂ ਕਹਿ ਸਕਦੇ, ਠੀਕ ਹੈ, ਜਿਸ ਬੱਚੇ ਨੂੰ ਤੁਸੀਂ ਜਨਮ ਦਿੱਤਾ ਉਹਨੂੰ ਕੁਛ ਨਹੀਂ ਕਹਿ ਸਕਦੇ, ਤਾਂ ਤੁਹਾਡੇ ਚਾਚੇ ਤਾਏ ਭੈਣ ਭਰਾ ਨਾ ਤੁਹਾਡੇ ਕਜ਼ਨਸ ਉਹ ਕੀ ਕਰ ਲੈਣਗੇ, ਹੈ ਨਾ, ਉਹ ਤੁਸੀਂ ਮਾੜਾ ਜਿਹਾ ਕਿਸੇ ਨੂੰ ਇਨਕੇਸ ਡਾਂਟ ਵੀ ਦਿੱਤਾ ਤਾਂ ਉਹ ਪੁਲਿਸ ਨੂੰ ਕਾਲ ਕਰੇਗਾ, ਪੁਲਿਸ ਚੱਕ ਕੇ ਲੈ ਜਾਏਗੀ, ਤੁਸੀਂ ਕੀ ਕਰ ਲੈਂਗੇ, ਹਰ ਇੱਕ ਬੰਦਾ ਡਰਦਾ ਆ, ਤਾਂ ਉਹ ਜਿਹੜਾ ਫਰੀਡਮ ਹੈ ਨਾ, ਉਹ ਫਰੀਡਮ ਦਾ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਉਹ ਬੜਾ ਗਲਤ ਢੰਗ ਨਾਲ ਕੀਤਾ ਜਾ ਰਿਹਾ, ਉਹਦਾ ਉਹਦੇ ਕਰਕੇ ਚੀਜ਼ਾਂ ਜ਼ਿਆਦਾ ਖਰਾਬ ਹੋ ਰਹੀਆਂ। ਐਂਡ ਆਈ ਵੁੱਡ ਡੈਫੀਨੇਟਲੀ ਸੇ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ 100% ਜਿਹੜੇ ਰੇਸ਼ੋ ਖਰਾਬ ਆ, ਬਟ ਲਾਈਕ ਆਈ ਵੁੱਡ ਕਮ ਫੋਰ ਲਾਈਕ 70-80%, ਰਾਈਟ, ਜਿਹੜੇ 70-80% ਜਿਹੜੇ ਪਲੱਸ ਟੂ ਦੇ ਬੱਚੇ ਆਉਂਦੇ ਆ ਨਾ, ਉਹ ਭਾਵੇਂ ਕੁੜੀਆਂ ਆ ਮੁੰਡੇ ਆ, ਤਾਂ ਉਹ ਕਾਫੀ ਗਲਤ ਸੰਗਤ 'ਚ ਜਾਂਦੇ ਆ, ਹੈ ਨਾ, ਕਾਫੀ ਜ਼ਿਆਦਾ, ਤਾਂ ਮਾਹੌਲ ਬਹੁਤ ਖਰਾਬ ਹੋ ਰਿਹਾ। ਬਹੁਤ ਮਿਹਨਤੀ ਵੀ ਨੇ ਸਟੂਡੈਂਟ ਇੱਥੇ, ਬਹੁਤ ਮਿਹਨਤੀ ਨੇ ਸਟੂਡੈਂਟ ਇੱਥੇ, ਜਿਹਨਾਂ ਨੂੰ ਦੇਖ ਕੇ ਵਾਕਈ ਲੱਗਦਾ ਕਿ ਯਾਰ ਹਾਂ, ਇਹਨਾਂ ਨੂੰ ਆਪਣੇ ਜਿਹੜੇ ਪਿੱਛੇ ਪਿਛੋਕੜ ਹੈਗਾ ਹੈ, ਜਿਹੜਾ ਘਰ ਪਰਿਵਾਰ ਹੈਗਾ ਉਹਨਾਂ ਦੀ ਫਿਕਰ ਹੈ, ਆਪਣੀ ਗਰੋਥ ਦੀ ਫਿਕਰ ਹੈਗੀ ਹੈ, ਸੋ ਉਹ ਸਾਰੀਆਂ ਚੀਜ਼ਾਂ ਹੀ ਹੈਗੀਆਂ ਇੱਥੇ।
ਮੈਂ ਨਾ ਇੱਕ ਚੀਜ਼ ਬੜੀ ਜ਼ਰੂਰੀ ਕਹਿਣਾ ਚਾਹਾਂਗਾ। ਦੇਖੋ ਮੈਂ ਤੁਹਾਨੂੰ ਮੈਂ ਪਰਸਨਲ ਇੱਕ ਐਗਜ਼ਾਮਪਲ ਲੈਣਾ ਆ। ਮੈਂ 30+ ਸੀਗਾ ਜਦੋਂ ਮੈਂ ਇੱਥੇ ਆਇਆ ਕੈਨੇਡਾ, ਰਾਈਟ। ਮੈਂ ਇਹ ਨਹੀਂ ਕਹਾਂਗਾ ਕਿ ਤੁਸੀਂ ਇਸ ਏਜ ਦੇ ਵਿੱਚ ਆਓ, ਮੈਂ ਸ਼ਾਇਦ ਲੇਟ ਸੀਗਾ ਜਾਂ ਮੈਂ ਸੋਚਿਆ ਨਹੀਂ ਸੀਗਾ ਨਾ ਇੱਥੇ ਆਉਣ ਦਾ, ਮੈਂ ਬਹੁਤ ਲੇਟ ਸੋਚਿਆ, ਕੁਛ ਸਰਕਮਸਟਾਂਸਿਸ ਇੱਦਾਂ ਦੇ ਹੁੰਦੇ ਨਾ ਸਮ ਟਾਈਮ, ਹੈ ਨਾ। ਤਾਂ ਮੇਰੇ ਕੋਲ ਕਾਫੀ ਐਕਸਪੀਰੀਅੰਸ ਸੀਗਾ ਜਦੋਂ ਮੈਂ ਇੱਥੇ ਆਇਆ ਨਾ। ਸੋ ਤੁਹਾਡੇ ਨਾਲ ਮੈਂ ਬਹੁਤ ਟਾਈਮ ਦਾ ਵਰਤ ਰਿਹਾ, ਆਪਾਂ ਵਰਤ ਰਹੇ ਹਾਂ ਨਾ। ਸੋ ਸਾਡਾ ਇੱਕ ਬ੍ਰਦਰ ਰਿਲੇਸ਼ਨਸ਼ਿਪ ਹੈਗਾ ਬਹੁਤ ਵਧੀਆ, ਇੱਕ ਲੰਬੇ ਟਾਈਮ ਤੋਂ ਵਰਤਦੇ, ਤੁਹਾਨੂੰ ਪਤਾ ਆ। ਜਦੋਂ ਮੈਂ ਇੱਥੇ ਆਉਂਦਾ ਆ ਤਾਂ ਉਹਦੇ ਨਾਲ ਚੀਜ਼ਾਂ ਬਹੁਤ ਈਜ਼ੀ ਹੋਈਆਂ। ਮੈਂ ਇਹ ਨਹੀਂ ਕਹਾਂਗਾ ਕਿ ਤੁਸੀਂ 30+ ਹੋ ਗਿਆ, ਐਟਲੀਸਟ 25, ਐਟਲੀਸਟ 24-25 ਤੁਹਾਡੀ ਏਜ ਹੋਣੀ ਚਾਹੀਦੀ ਹੈ ਕਿ ਤੁਸੀਂ ਕਾਲਜ ਲਾਈਫ ਦੇਖ ਕੇ ਆਓ, ਇੱਕ ਗਰਾਊਂਡ ਲੈਵਲ ਦਾ ਮਾਹੌਲ ਜਿਹੜਾ ਦੇਖ ਕੇ ਆਓ, ਤੁਹਾਨੂੰ ਚੀਜ਼ਾਂ ਨੂੰ ਅੰਡਰਸਟੈਂਡ ਕਰਨਾ ਈਜ਼ੀ ਹੁੰਦਾ ਹੈ। ਮੈਂ ਜਦੋਂ ਇੱਥੇ ਆਉਂਦਾ ਹੈ, ਤੁਸੀਂ ਮੰਨੋਗੇ ਨਹੀਂ ਕਿ ਮੈਂ ਸਿੰਗਲ ਡੇ ਵੀ ਕਿਤੇ ਸ਼ਿਫਟ ਲਾਉਣ ਨਹੀਂ ਗਿਆ, ਰਾਈਟ। ਅੱਜ ਤੱਕ ਮਤਲਬ ਇਹ ਬੱਸਾਂ ਦੇ ਵਿੱਚ ਸਮਟਾਈਮ ਜਿੱਦਾਂ ਦਾ ਮਾਹੌਲ ਹੈ ਕੈਨੇਡਾ ਦੇ ਵਿੱਚ, ਉਹ ਥੋੜ੍ਹਾ ਡਿਫੀਕਲਟ ਲੱਗਦਾ ਹੈ ਲੋਕਾਂ ਨੂੰ। ਵੈਨ ਆਈ ਕੇਮ ਹੇਅਰ, ਸੋ ਮੈਂ ਐਜ਼ ਏ ਟੀਚਰ, ਐਜ਼ ਐਨ ਆਰਟ ਟੀਚਰ ਮੈਂ ਇੱਥੇ ਅਪਲਾਈ ਕੀਤਾ 4-5 ਜਗ੍ਹਾ। ਤਾਂ ਮੈਂ ਐਜ਼ ਏ ਟੀਚਰ ਜੋਬ ਕੀਤੀ ਇੱਥੇ, ਠੀਕ ਹੈ। ਐਜ਼ ਏ ਸਟੂਡੈਂਟ ਤੁਸੀਂ ਪਾਰਟ ਟਾਈਮ ਐਜ਼ ਏ ਟੀਚਰ ਜੋਬ ਕਰ ਸਕਦੇ ਹੋ, ਪਹਿਲੀ ਚੀਜ਼। ਇਹ ਚੀਜ਼ ਬਹੁਤ ਜ਼ਰੂਰੀ ਹੈ, ਤੁਹਾਡੇ ਕੋਲ ਐਕਸਪੀਰੀਅੰਸ ਹੈ, ਠੀਕ ਹੈ। ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ, ਤੁਹਾਡੇ ਇੰਟਰਵਿਊਜ਼ ਹੁੰਦੀਆਂ ਨੇ ਇੱਥੇ, ਤੁਸੀਂ ਸਿਲੈਕਸ਼ਨ ਹੋ ਜਾਂਦੀ ਹੈ। ਇਟਸ ਨੋਟ ਦੈਟ ਮਚ ਡਿਫੀਕਲਟ, ਆਈ ਟੋਲਡ ਯੂ ਕਿ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈ, ਚੰਗੀ ਸਕਿੱਲ ਹੈ, ਤਾਂ ਕੋਈ ਡਿਫੀਕਲਟ ਨਹੀਂ ਹੈ, ਸਾਰਾ ਕੁਛ ਹੁੰਦਾ ਇੱਥੇ। ਦੂਸਰੀ ਚੀਜ਼, ਉਸ ਤੋਂ ਬਾਅਦ ਸੈਲਫ ਇੰਪਲੋਏ ਇੱਕ ਕੈਟਾਗਰੀ ਹੈਗੀ ਜਿਹਦੇ ਵਿੱਚ ਤੁਸੀਂ ਬਿਜ਼ਨਸ ਸਟਾਰਟ ਕਰਦੇ ਹੋ। ਤਾਂ ਮੈਂ ਆਪਣਾ ਬਿਜ਼ਨਸ ਸਟਾਰਟ ਕੀਤਾ, ਮੇਰਾ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ ਹੈ ਕਿ ਮੈਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਹੀ ਨਹੀਂ ਆਏਗੀ। ਉਹਦੇ ਲਈ ਤੁਸੀਂ ਲਿੰਕ ਬਣਾਓ, ਬਹੁਤ ਸਾਰੇ ਲਿੰਕ ਬਣਾਓ ਲੋਕਾਂ ਨਾਲ। ਤੁਹਾਡਾ ਜਿਹੜਾ ਵਤੀਰਾ ਹੈ, ਤੁਹਾਡਾ ਬਿਹੇਵੀਅਰ ਹੈ, ਬਹੁਤ ਵਧੀਆ ਹੋਣਾ ਚਾਹੀਦਾ ਹੈ ਨਾ। ਜਿੰਨਾ ਲਿੰਕ ਬਣਾਓਗੇ ਉਹ ਵਧੀਆ ਰਹੇਗਾ। ਐਂਡ ਆਈ ਵੁੱਡ ਡੈਫੀਨੇਟਲੀ ਸੇ ਕਿ ਤੁਸੀਂ, ਤੁਹਾਨੂੰ ਇਹ ਸਕਿੱਲ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਗਰ ਤੁਸੀਂ ਕਿਸੇ ਸਾਹਮਣੇ ਵਾਲੇ ਬੰਦੇ ਨਾਲ ਗੱਲ ਕਰ ਰਹੇ ਹੋ, ਠੀਕ ਹੈ, ਉਹ ਬੰਦੇ ਕੋਲ ਕੋਈ ਸਕਿੱਲ ਹੈ ਤੁਹਾਨੂੰ ਸਿੱਖਣ ਦੀ, ਉਹਦੇ ਵਿੱਚ ਸ਼ਮਤਾ ਹੋਣੀ ਚਾਹੀਦੀ ਹੈ, ਉਹ ਬੰਦੇ ਤੋਂ ਕੰਮ ਕਿੱਦਾਂ ਲੈਣਾ ਤੁਹਾਨੂੰ ਪਤਾ ਹੋਣਾ ਚਾਹੀਦਾ। ਯੂ ਸ਼ੁੱਡ ਨੋ ਹਾਊ ਟੂ ਟਾਕ ਵਿਦ ਦੇਮ, ਰਾਈਟ। ਉਹ ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਰੂਡਲੀ ਆਪਣੇ ਐਟੀਟਿਊਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਰੋਗੇ ਤਾਂ ਇੱਥੇ ਤਾਂ ਵੈਸੇ ਹੀ ਮਾਹੌਲ ਇੱਦਾਂ ਦਾ ਕਿ ਕੋਈ ਇਹ ਤੁਹਾਨੂੰ ਹੈਲਪ ਕਰਕੇ ਰਾਜੀ ਨਹੀਂ ਹੈ। ਬਟ ਆਈ ਵਾਜ਼ ਰੀਅਲੀ ਲੱਕੀ ਕਿ ਮੈਨੂੰ ਮੁੰਡੇ ਮੇਲੇ ਇੱਥੇ ਛੋਟੇ ਭਰਾਵਾਂ ਵਾਂਗੂ ਨੇ ਮੇਰੇ ਦੋ, ਹੈ ਨਾ, ਉਹਨਾਂ ਨੇ ਬਹੁਤ ਬਹੁਤ ਹੈਲਪ ਕੀਤੀ ਮੇਰੀ, ਬਹੁਤ ਹੀ ਜ਼ਿਆਦਾ ਹੈਲਪ ਕੀਤੀ। ਤਾਂ ਮੈਨੂੰ ਕਿਸੇ ਮੈਨੂੰ ਬਹੁਤ ਜ਼ਿਆਦਾ ਕੋਈ ਪ੍ਰੋਬਲਮ ਫੇਸ ਨਹੀਂ ਕਰਨੀ ਪਏਗੀ ਮੇਰੇ ਬਿਜ਼ਨਸ ਦੇ ਵਿੱਚ। ਉਹਨਾਂ ਨੇ ਕਾਫੀ ਸਾਰੀਆਂ ਚੀਜ਼ਾਂ ਤੋਂ ਮੈਨੂੰ ਉਹਨਾਂ ਤੋਂ ਪਤਾ ਲੱਗਿਆ, ਹੈ ਨਾ। ਤਾਂ ਇਹ ਮੈਟਰ ਨਹੀਂ ਕਰਦਾ ਕਿ ਤੁਹਾਡੇ ਤੋਂ ਵੱਡਾ ਆਇਆ ਛੋਟਾ ਆਇਆ, ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਕੋਲ ਲਰਨਿੰਗ ਸਕਿੱਲ ਹੋਣੀ ਚਾਹੀਦੀ ਹੈ। ਮੇਰੇ ਤੋਂ ਪਹਿਲਾਂ ਇੱਥੇ ਆਏ ਸੀਗੇ, ਬਹੁਤ ਟਾਈਮ ਦੇ ਆਏ ਹੋਏ ਆ, ਉਹਨਾਂ ਨੂੰ ਚੀਜ਼ਾਂ ਜ਼ਿਆਦਾ ਵਧੀਆ ਪਤਾ ਸੀਗੀਆਂ। ਜਿੱਦਾਂ ਭਾਅ ਜੀ ਤੁਸੀਂ ਦੱਸਿਆ ਕਿ ਤੁਸੀਂ ਸਟੂਡੈਂਟ ਵੀਜ਼ੇ ਤੇ ਹੀ ਐਜ਼ ਏ ਟੀਚਰ ਅਪੁਆਇੰਟ ਹੋ ਗਏ ਕਾਲਜ ਵਿੱਚ, ਤੇ ਉਸ ਤੋਂ ਬਾਅਦ ਨਾਲ ਹੀ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ। ਹੁਣ ਜਿੱਦਾਂ ਜਿਹਨਾਂ ਦੇ ਇੱਥੇ ਨਿਆਣੇ ਬਾਹਰ ਗਏ ਆ ਪੰਜਾਬ ਵਿੱਚ, ਤੇ ਉਹਨਾਂ ਦੇ ਅਕਸਰ ਮਾਂ ਪਿਓ ਕਹਿ ਦਿੰਦੇ ਆ ਕਿ ਸਾਡੇ ਨਿਆਣਿਆਂ ਨੂੰ ਸ਼ਿਫਟਾਂ ਨਹੀਂ ਮਿਲਦੀਆਂ ਪਈਆਂ, ਕੰਮ ਨਹੀਂ ਮਿਲਦਾ ਪਿਆ, ਉਹਨਾਂ ਦਾ ਸਰਦਾ ਨਹੀਂ ਪਿਆ ਉੱਥੇ, ਪੈਸਾ ਧੇਲੇ ਦੀ ਔਖੀ ਆ, ਇੱਥੋਂ ਭੇਜਣੇ ਪੈ ਰਹੇ ਆ। ਤੇ ਤੁਸੀਂ ਦੱਸਿਆ ਕਿ ਤੁਸੀਂ ਐਜ਼ ਏ ਸਟੂਡੈਂਟ ਵੀਜ਼ੇ ਤੇ ਹੀ ਟੀਚਰ ਅਪੁਆਇੰਟ ਹੋ ਗਏ ਤੇ ਆਪਣਾ ਕੰਮ ਵੀ ਸ਼ੁਰੂ ਕਰ ਲਿਆ, ਤੇ ਉਹ ਕਿੱਦਾਂ ਮਤਲਬ ਕਿ ਫਰਕ ਪੈ ਜਾਂਦਾ ਕਿ ਇੱਕ ਨੂੰ ਕੰਮ ਨਹੀਂ ਮਿਲਦਾ ਪਿਆ ਤੇ ਤੁਸੀਂ ਕਹਿ ਰਹੇ ਕਿ ਮੈਂ ਆਪਣਾ ਕੰਮ ਵੀ ਸ਼ੁਰੂ ਕਰ ਲਿਆ, ਉਹ ਕਿੰਨਾ ਮਤਲਬ ਕਿ ਵੱਡਾ ਡਿਫਰੈਂਸ ਵਾ, ਉਹ ਕਿੱਦਾਂ ਪੈ ਜਾਂਦਾ ਫਿਰ? ਦੇਖੋ ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਤੁਸੀਂ ਸ਼ਿਫਟਾਂ ਲਾਉਣੀਆਂ ਹੀ ਕਿਉਂ ਹੈ? ਤੁਸੀਂ ਮਾਈਂਡ ਸੈਟਅਪ ਇੱਦਾਂ ਦਾ ਬਣਾ ਰੱਖਿਆ ਆਪਣਾ ਕਿ ਅਸੀਂ ਸ਼ਿਫਟਾਂ ਹੀ ਲਾਉਣੀਆਂ ਆ, ਹੈ ਨਾ। ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਤੁਸੀਂ ਪਹਿਲੀ ਗੱਲ ਤਾਂ ਪਲੱਸ ਟੂ ਵਾਲੇ ਬੱਚੇ ਨੂੰ ਭੇਜੋ ਨਾ, ਮੈਂ ਬਿਲਕੁਲ ਵੀ ਉਹ ਚੀਜ਼ ਨਾਲ ਐਗਰੀ ਨਹੀਂ ਕਰਦਾ ਕਿ ਤੁਸੀਂ ਇੱਕ ਬੱਚੇ ਨੇ ਬਾਰਵੀਂ ਕੀਤੀ ਉਹਨੂੰ ਉੱਥੇ ਭੇਜ ਦਿਓ। ਦੂਸਰੀ ਗੱਲ,
ਸਟੂਡੈਂਟ ਗ੍ਰੈਜੂਏਸ਼ਨ ਕਰੇ ਉੱਥੇ, ਠੀਕ ਹੈ, 3-4 ਸਾਲ ਉੱਥੇ ਸਪੈਂਡ ਕਰੇ, ਉਸ ਤੋਂ ਬਾਅਦ ਥੋੜ੍ਹਾ ਐਕਸਪੀਰੀਅੰਸ ਲਵੇ, ਇੱਕ ਵਧੀਆ ਸਕਿੱਲ ਸਿੱਖੇ, ਇੱਕ ਬਹੁਤ ਵਧੀਆ ਐਨਾਲਾਈਜ਼ ਕਰੋ ਤੁਸੀਂ, ਹੈ ਨਾ, ਸਰਚ ਕਰੋ ਕਿ ਕਿਹੜੀ ਚੀਜ਼ ਕਿਹੜੀ ਸਕਿੱਲ ਦੀ ਵੈਲਿਊ ਇੱਥੇ ਹੈਗੀ ਹੈ। ਔਰ ਮੈਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਇਹ ਵੀ ਨਹੀਂ ਕਹਾਂਗਾ ਕਿ ਤੁਸੀਂ ਬਾਰਬਰ ਬਣ ਜਾਓ, ਹੈ ਨਾ, ਜਾਂ ਤੁਸੀਂ ਮੇਕਅਪ ਆਰਟਿਸਟ ਬਣ ਜਾਓ, ਬਹੁਤ ਵਧੀਆ ਆ ਉਹਨਾਂ ਦੇ ਵਿੱਚ, ਬਹੁਤ ਇਨਕਮ ਹੈ, ਬਹੁਤ ਵਧੀਆ ਇਨਕਮ ਹੈ ਕੀ ਹੈ, ਸੋ ਉਹ ਵਧੀਆ ਆ। ਔਰ ਇੱਥੇ ਇੱਥੇ ਬਹੁਤ ਵੈਲਿਊ ਵੀ ਆ ਉਹਨਾਂ ਚੀਜ਼ਾਂ ਦੀ, ਠੀਕ ਹੈ, ਬਟ ਆਪਣਾ ਇੰਟਰਸਟ ਦੇ ਕੇ, ਹੈ ਨਾ, ਉਸ ਇੱਕ ਸਕਿੱਲ ਵਧੀਆ ਦੇਖੋ, ਵਧੀਆ ਸਕਿੱਲ ਦੇ ਵਿੱਚ ਥੋੜ੍ਹਾ ਐਕਸਪੀਰੀਅੰਸ ਲਓ, ਥੋੜ੍ਹੀ ਵੇਟ ਕਰੋ, ਇੰਨੀ ਕਾਹਲੀ ਨਾ ਕਰੋ ਇੱਥੇ ਆਉਣ ਲਈ ਕਿ ਤੁਸੀਂ ਉੱਥੇ ਜਾਣਾ ਹੈ, ਜੇ ਤੁਸੀਂ ਆ ਕੇ ਸਾਰੀ ਜ਼ਿੰਦਗੀ ਸ਼ਿਫਟਾਂ ਲਾਈਆਂ ਕੀ ਫਾਇਦਾ ਉੱਥੇ ਆਉਣ ਦਾ, ਇੱਥੇ ਆਉਣ ਦਾ ਨਾ। ਤਾਂ ਮੈਂ ਜਿਵੇਂ ਆਪਣੀ ਇਗਜ਼ਾਮਪਲ ਦਿੱਤੀ ਆ, ਤੁਸੀਂ ਇਹ ਚੀਜ਼ ਨੂੰ ਸਮਝੋ ਕਿ ਇੱਥੇ ਆਉਣ ਤੋਂ ਪਹਿਲਾਂ ਮੇਰਾ ਇੱਕ ਪ੍ਰੋਪਰ ਪਲੈਨ ਸੀ। ਤਾਂ ਜਿਵੇਂ ਤੁਸੀਂ ਮੈਨੂੰ ਜਾਣਦੇ ਹੋ, ਸ਼ਾਇਦ ਤੁਹਾਨੂੰ ਯਾਦ ਵੀ ਹੋਵੇਗਾ, ਜਦੋਂ ਵੀ ਅਸੀਂ ਆਪਾਂ ਸਾਰੇ ਇਕੱਠੇ ਹੁੰਦੇ ਹਾਂ, ਬੈਠਦੇ ਹਾਂ, ਰਾਈਟ, ਜਿੰਨਾ ਟਾਈਮ ਵੀ ਬੈਠੇ ਹਾਂ, ਤਾਂ ਮੇਰੇ ਪੇਰੈਂਟਸ ਨਾਲ ਵੀ ਇਹੀ ਗੱਲ ਹੁੰਦੀ ਸੀਗੀ ਕਿ ਮੈਂ ਹਮੇਸ਼ਾ ਸਭ ਨੂੰ ਇਹ ਕਹਿੰਦਾ ਸੀ ਕਿ ਮੈਂ ਸ਼ਿਫਟਾਂ ਨਹੀਂ ਲਾਣੀਆਂ, ਹਾਂਜੀ, ਹੈ ਨਾ। ਤਾਂ ਬਿਲਕੁਲ ਉਹ ਜਿਹੜਾ ਇੱਕ ਮਾਈਂਡ ਸੈਟਅਪ ਬਣਾਉਣਾ ਬਹੁਤ ਜ਼ਰੂਰੀ ਹੈ ਤੁਹਾਡਾ, ਉਹ ਬਣਿਆ ਹੋਣਾ ਬਹੁਤ ਜ਼ਰੂਰੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਰਨਾ ਕੀ ਹੈ, ਜੇ ਉੱਥੇ ਜਾ ਕੇ ਉੱਥੇ ਜਾ ਰਹੇ ਹੋ ਉੱਥੇ ਤੁਸੀਂ ਸਰਵਾਈਵ ਕਿੱਦਾਂ ਕਰਨਾ। ਮੈਂ ਨਹੀਂ ਗਿਆ, ਮੈਂ ਕਿਤੇ, ਮੈਂ ਮੈਨੂੰ ਲੱਗਦਾ ਸਿਰਫ ਵਨ ਟਾਈਮ, ਸਿਰਫ ਇੱਕ ਵਾਰੀ ਮੇਰੇ ਫਰੈਂਡ ਨਾਲ ਗਿਆ ਸੀਗਾ, ਉਹ ਵੀ ਉਹਦੇ ਜਿਹੜੇ ਰਿਜ਼ਿਊਮ ਵਗੈਰਾ ਦੇਣ ਅਸੀਂ ਗਏ ਸੀਗੇ, ਤਾਂ ਮੈਂ ਨਹੀਂ ਕਿਤੇ ਗਿਆ, ਮੈਂ ਲੱਭਣ ਨਹੀਂ ਗਿਆ, ਕਿਉਂਕਿ ਮੈਂ ਮਾਈਂਡ ਸੈਟਅਪ ਇੱਕ ਬਣਾ ਕੇ ਰੱਖਿਆ ਸੀ ਕਿ ਮੈਂ ਸ਼ਿਫਟ ਨਹੀਂ ਲਾਣੀ, ਠੀਕ ਹੈ, ਤੁਸੀਂ ਐਕਸਪੀਰੀਅੰਸ ਲੈ ਕੇ ਆਓ, ਆਪਣੀ ਸਕਿੱਲ ਨੂੰ ਇੰਨਾ ਕੁ ਇੰਪਰੂਵ ਕਰਕੇ ਆਓ, ਇੰਨੀ ਵਧੀਆ ਸਕਿੱਲ ਬਣਾ ਕੇ ਲੈ ਕੇ ਆਓ ਇੱਥੇ, ਕਿ ਆਪਣਾ ਆਪਣਾ ਖੁਦ ਦਾ ਤੁਹਾਡਾ ਜਿਹੜਾ ਇੱਥੇ ਹੈਗਾ ਨਾ, ਇੱਕ ਬਿਜ਼ਨਸ ਸੈਟਅਪ ਜਿਹੜਾ ਕਰ ਸਕੋ, ਜਾਂ ਤੁਸੀਂ ਕਿਤੇ ਜੋਬ ਵੀ ਕਰ ਰਹੇ ਹੋ ਨਾ, ਉਸ ਸਕਿੱਲ ਦੇ ਨਾਲ ਇੱਕ ਵਧੀਆ ਜਗ੍ਹਾ 'ਤੇ ਜੋਬ ਕਰੋ ਇੱਕ ਪ੍ਰੋਪਰ। ਅਗਰ ਇਹੀ ਚੀਜ਼ਾਂ ਆਪਾਂ ਕਰਨੀਆਂ, ਤਾਂ ਇਹ ਚੀਜ਼ਾਂ ਤੁਸੀਂ ਉੱਥੇ ਰਹਿ ਕੇ ਵੀ ਕਰ ਸਕਦੇ ਹੋ, ਹੈ ਨਾ, ਉਹਦੇ ਵਿੱਚ ਕੋਈ ਇਸ਼ੂ ਥੋੜ੍ਹੀ ਹੈ। ਹਾਂ, ਫਰਕ ਇੰਨਾ ਕੁ ਹੈਗਾ ਆ ਕਿ ਤੁਸੀਂ ਇੱਥੇ ਹੈ ਕਿ ਤੁਹਾਨੂੰ ਕੋਈ ਦੇਖਦਾ ਨਹੀਂ ਔਰ ਤੁਹਾਨੂੰ ਸ਼ਰਮ ਨਹੀਂ ਆਉਂਦੀ, ਕਿਉਂਕਿ ਸਾਡਾ ਮਾਈਂਡ ਸੈਟਅਪ ਇੱਕ ਇਹ ਵੀ ਹੈ ਨਾ ਕਿ ਇਹ ਕੰਮ ਵੱਡਾ ਹੈ ਕਿ ਛੋਟਾ ਆ, ਜਿਹੜਾ ਉੱਥੇ ਬੰਦਾ, ਮੈਂ ਇਹ ਚੀਜ਼ ਸੋਚ ਕੇ ਬੜੇ ਵਾਰੀ ਹੈਰਾਨ ਹੁੰਦਾ ਆ ਕਿ ਉੱਥੇ ਅਸੀਂ ਨਾ ਇੱਕ ਜੇ ਤੁਹਾਨੂੰ ਕਹਿ ਦੇ ਕਿ ਆ ਪੋਚਾ ਘਰਦੇ ਹੀ ਕਹਿ ਦੇਣਾ ਨਾ ਕਿ ਅੱਜ ਪੁੱਤ ਮੇਰੀ ਸਿਹਤ ਠੀਕ ਨਹੀਂ ਹੈ, ਤੂੰ ਪੋਚਾ ਲਾ ਦੇ, ਉਹ ਨਹੀਂ ਲਾਏਗਾ, ਭਾਂਡੇ ਨਹੀਂ ਧੋਤੇ ਜਾਂਦੇ ਗੇ, ਹੈ ਨਾ, ਘਰਦੇ ਕੰਮ ਨਹੀਂ ਕੀਤੇ ਜਾਂਦੇ ਗੇ, ਤੁਹਾਨੂੰ ਕੋਈ ਨਿੱਕਾ ਮੋਟਾ ਬਾਹਰ ਕਹਿ ਦੇ ਕਿ ਆ ਛੋਟਾ ਆਪਣਾ ਕੰਮ ਸਟਾਰਟ ਕਰ ਲਾ, ਅਸੀਂ ਨਹੀਂ ਕਰਦੇ, ਇੱਥੇ ਅਸੀਂ ਕੀ ਨਹੀਂ ਕਰਦੇ ਤੁਸੀਂ ਦੱਸੋ, ਹੈ ਨਾ, ਇੱਥੇ ਤੁਸੀਂ ਸਫਾਈਆਂ ਵੀ ਕਰਦੇ ਹੋ, ਝਾੜੂ ਵੀ ਮਾਰਦੇ ਹੋ, ਸ਼ਿਫਟਾਂ ਲਾਉਂਦੇ ਹੋ, ਜਦੋਂ ਭਾਂਡੇ ਵੀ ਧੋਨੇ ਹੋ, ਕਿਹੜਾ ਕੰਮ ਤੁਸੀਂ ਨਹੀਂ ਕਰਦੇ, ਤੁਸੀਂ ਲੇਬਰ ਵਰਕ ਫੁੱਲ ਕਰਦੇ ਹੋ ਜੀ, ਇਹ ਤਾਂ ਫਿਰ ਉੱਥੇ ਵੀ ਹੋ ਸਕਦਾ ਹੈ, ਇੱਥੇ ਆਉਂਦਾ ਕੀ ਫਾਇਦਾ। ਮੈਂ ਮੰਨਦਾ ਹਾਂ ਥੋੜ੍ਹਾ ਇੱਥੇ ਤੁਹਾਨੂੰ ਬੈਨੀਫਿਟ ਮਿਲਦੇ ਨੇ, ਬਟ ਨਹੀਂ, ਇਹ ਸਾਰੀ ਜ਼ਿੰਦਗੀ ਲਈ ਇਹ ਚੀਜ਼ ਨਹੀਂ ਹੈਗੀ, ਇਹ ਚੀਜ਼ ਸਹੀ ਨਹੀਂ ਹੈ। ਤਾਂ ਥੋੜ੍ਹਾ ਮਾਈਂਡ ਸੈਟਅਪ ਸਾਨੂੰ ਇੱਦਾਂ ਦਾ ਕਰਨਾ ਹੀ ਪਏਗਾ, ਮਾਈਂਡ ਸੈਟਅਪ ਨਾ ਇੱਦਾਂ ਦਾ ਬਣਾਉਣਾ ਹੀ ਪਏਗਾ ਕਿ ਆਪਣੇ ਆਪ ਨੂੰ ਪ੍ਰਪੇਅਰ ਕਰੋ। ਮੈਂ ਸੋਚਦਾ ਹੁੰਦਾ ਸੀਗਾ, ਤੁਸੀਂ ਜਿਵੇਂ ਅਸੀਂ ਗੱਲ ਕਰਦੇ ਹੁੰਦੇ ਸੀਗੇ, ਰਾਈਟ, ਕਿ ਮੈਂ ਨਹੀਂ ਜਾਵਾਂਗਾ, ਇਹ ਚੀਜ਼ ਨਹੀਂ ਕਰਾਂਗਾ ਅੱਗੇ ਜਾ ਕੇ ਕਦੇ ਵੀ, ਮੈਂ ਉੱਥੇ ਚਲਾ ਗਿਆ ਤਾਂ ਮੇਰੀ ਇਹ ਦਿਮਾਗ ਦੇ ਵਿੱਚ ਚੀਜ਼ ਰਹਿੰਦੀ ਸੀ, ਅਗਰ ਮੈਂ ਨਹੀਂ ਕੀਤੀ ਤਾਂ ਲੋਕ ਹੱਸਣਗੇ ਮੇਰੇ 'ਤੇ, ਵੀ ਤਾਂ ਐਂ ਕਹਿੰਦਾ ਹੁੰਦਾ ਸੀ। ਉਹ ਹੁੰਦਾ ਹੈ ਨਾ ਤੁਹਾਡੇ ਦਿਮਾਗ ਦੇ ਵਿੱਚ ਕਿ ਹਾਂ ਯਾਰ ਇੱਥੇ ਤਾਂ ਇੰਨੀ ਗੱਲ ਕਰਦਾ ਸੀ, ਔਰ ਜਾ ਕੇ ਸੀ ਵੀ ਉਹ ਚੀਜ਼ਾਂ ਕਰ ਰਿਹਾ ਰੇ। ਉਹ ਜਿੱਦਾਂ ਕਹਿ ਦੋ ਕਿ ਇੱਕ ਸ਼ੀਸ਼ਾ ਸਾਹਮਣੇ ਆ ਜਾਂਦਾ ਕਿ ਆਪਾਂ ਆਹ ਚੀਜ਼ਾਂ ਕਹਿ ਕੇ ਆਏ ਸੀਗੇ ਤੇ ਹੁਣ ਉੱਥੇ ਜੀ, ਤਾਂ ਤੁਹਾਨੂੰ ਉਹਦੇ ਨਾਲ ਸਟ੍ਰਿਕਟ ਰਹਿਣਾ ਪੈਂਦਾ ਆ, ਉਸ ਥੋਟ ਪ੍ਰੋਸੈਸ ਦੇ ਨਾਲ ਤੁਹਾਨੂੰ ਸਟ੍ਰਿਕਟ ਰਹਿਣਾ ਪੈਂਦਾ ਆ, ਉਹ ਤੁਹਾਡੇ ਕੰਮ ਆਉਂਦਾ ਆ। ਭਾਜੀ, ਇੱਕ ਮੇਰੇ ਦਿਲ 'ਚ ਕੁਐਸਚਨ ਸੀਗਾ, ਉਹ ਮੈਂ ਆਪਣੇ ਵੱਲੋਂ ਪੁੱਟ ਕਰਨ ਲੱਗਾ। ਜਿੱਦਾਂ ਹੁਣ ਜਦੋਂ ਆਪਾਂ ਪੰਜਾਬ ਵਿੱਚ ਹੁੰਦੇ ਆ, ਤੇ ਜਦੋਂ ਆਪਣੇ ਜਿਹੜੇ ਆਸੇ ਪਾਸੇ ਲੋਕ ਜਿਹੜੇ ਆਪਣੇ ਤਾਨੇ ਮੇਲੇ ਮਾਰਨ ਤੱਕ ਆ ਜਾਂਦੇ ਆ,
ਤੇ ਉਹਨਾਂ ਦਾ ਬਿਹੇਵ ਕਿੱਦਾਂ ਬਦਲ ਜਾਂਦਾ ਜਦੋਂ ਆਪਾਂ ਬਾਹਰਲੀ ਧਰਤੀ ਤੇ ਪੈਰ ਰੱਖਦੇ ਆ ਜਾਂ ਜਦੋਂ ਆਪਾਂ ਇੱਥੋਂ ਪੰਜਾਬ ਤੋਂ ਮੂਵ ਹੋ ਜਾਂਦੇ ਆ, ਤੁਹਾਡੇ ਨਾਲ ਆ ਚੀਜ਼ ਹੋਈ? ਦੇਖੋ ਇਹ ਤਾਂ ਬੜਾ ਨਾ ਕੌੜਾ ਸੱਚ ਹੈ, ਇਹ ਅੱਜ ਦਾ ਨਹੀਂ ਹੈ, ਇਹ ਸਦੀਆਂ ਤੋਂ ਚੀਜ਼ ਚੱਲਦੀ ਆ ਰਹੀ ਹੈ। ਇਹ ਹੁੰਦਾ ਆ, ਇਹ ਹੁੰਦਾ ਆ, ਦੇਖੋ ਤੁਹਾਡੀ ਜਿਹੜੇ ਅਸਲੀ ਤੁਹਾਡੇ ਰਿਸ਼ਤੇ ਆ ਨਾ, ਜਿਹੜੇ ਅਸਲੀ ਤੁਹਾਡੇ ਰਿਸ਼ਤੇ ਆ ਜਿਹਨਾਂ ਨਾਲ ਤੁਹਾਡਾ ਪਿਆਰ ਹੈ, ਉਹ ਕਦੇ ਉਹਨਾਂ 'ਚ ਬਦਲਾਵ ਨਹੀਂ ਆਉਂਦਾ ਕਦੇ ਵੀ। ਉਹ ਤੁਹਾਡੇ ਕੋਲ 1 ਰੁਪਇਆ ਜੇਬ ਦੇ ਵਿੱਚ ਹੈ ਜਾਂ ਤੁਹਾਡੇ 1 ਲੱਖ ਰੁਪਇਆ ਜੇਬ ਦੇ ਵਿੱਚ ਹੈ, ਹੈ ਨਾ, ਤੁਸੀਂ $100 ਕਮਾ ਰਹੇ ਹੋ, ਤੁਸੀਂ $20 ਕਮਾ ਰਹੇ ਹੋ ਮੰਥਲੀ, ਤਾਂ ਉਹਨਾਂ ਦੇ ਬਿਹੇਵੀਅਰ 'ਚ ਚੇਂਜ ਨਹੀਂ ਆਏਗਾ। ਪਰ ਇਹ ਜਿਹੜੇ ਲੋਕ ਹੁੰਦੇ ਨਾ ਜਿਹੜੇ ਸਿਰਫ ਦੇਖਦੇ ਇਸ ਵਿਊ ਪੁਆਇੰਟ ਨਾਲ ਕਿ ਤੁਹਾਡੇ ਕੋਲ ਹੈ ਕਿੰਨਾ ਕਾ, ਤਾਂ ਇਹਨਾਂ ਦਾ ਬਿਹੇਵੀਅਰ ਹੁੰਦਾ ਆ ਚੇਂਜ। ਮੈਂ ਬਹੁਤ ਡੀਪ ਨਹੀਂ ਜਾਵਾਂਗੇ ਇਸ ਚੀਜ਼ ਦੇ ਉੱਪਰ, ਬਟ ਹਾਂ ਮੇਰਾ ਸਟੇਟ ਫਾਰਵਰਡ ਆਂਸਰ ਇਹੀ ਹੈ ਕਿ ਬਹੁਤ ਸਾਰੇ ਹੋਇਆ ਇੱਦਾਂ, ਬਹੁਤ ਸਾਰੇ ਚੀਜ਼ਾਂ ਨਾਲ ਇੱਦਾਂ ਹੋਇਆ ਮੈਨੂੰ। ਕੁਛ ਲੋਕਾਂ ਨੇ, ਮੈਂ ਜਦੋਂ ਇੱਥੇ ਆਇਆ ਮੈਨੂੰ ਉਹਨੇ ਕਿਸੇ ਨੇ ਸਿੰਗਲ ਟਾਈਮ ਕਾਲ ਕਰਕੇ ਵੀ ਨਹੀਂ ਪੁੱਛਿਆ ਕਿ ਯਾਰ ਬਾਈ ਤੁਸੀਂ ਇੱਥੇ ਆਏ ਹੋ, ਹੈ ਨਾ, ਅਤੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਤੁਸੀਂ ਦੱਸਿਓ। ਅਤੇ ਪਰ ਅੱਜ ਜਦੋਂ ਉਹ ਲੋਕ ਦੇਖਦੇ ਆ, ਹੈ ਨਾ, ਇਹਦਾ ਬਿਜ਼ਨਸ ਠੀਕ ਚੱਲ ਰਿਹਾ ਹੈ, ਇੱਕ ਇੱਕ ਠੀਕ ਹੈ ਸਭ ਕੁਛ, ਹੈ ਨਾ, ਹਾਂਜੀ, ਅੱਜ ਉਹ ਫੋਨ ਕਰਦੇ ਨੇ ਤਾਂ ਠੀਕ ਹੈ। ਮੈਂ ਜ਼ਿਆਦਾ ਇਹਨਾਂ 'ਚ ਨੋਰਮਲ ਨੋਰਮਲ ਫੋਨ ਹੀ ਕਰਦੇ ਆ ਕਿ ਰਿਸ਼ਤੇ ਲਈ ਵੀ ਫੋਨ ਕਰਦੇ ਆ ਕਿ ਸਾਡੀ ਰਿਸ਼ਤੇਦਾਰੀ ਵਿੱਚ ਹੈਗਾ ਇਹ ਰਿਸ਼ਤਾ ਤੇ ਅਸੀਂ ਕਰਾ ਦਿੰਦੇ ਏਦਾਂ, ਕਿਉਂਕਿ ਭਾਜੀ ਜਦੋਂ ਨਾ ਭਾਵਾਂ ਗੱਲ ਗੱਲ ਭਾਵਾਂ ਪੰਜਾਬ ਦੀ ਕਰੀਏ ਜੇ ਸਰਕਾਰੀ ਨੌਕਰੀ ਇੱਥੇ ਮਿਲ ਜਾਵੇ, ਨਾਲ ਹੀ ਤੇਵਰ ਬਦਲ ਜਾਂਦੇ ਕਿ ਸਾਡੀ ਆਉਣ ਵਾਲੀ ਰਿਸ਼ਤੇਦਾਰੀ 'ਚ ਸਾਡਾ ਰਿਸ਼ਤਾ ਹੈਗਾ ਆ ਅਸੀਂ ਕਰਾ ਦਿੰਦੇ ਹਾਂ ਤੁਹਾਡੇ ਨਾਲ। ਮੈਂ ਨਾ ਆਪਣੇ ਘਰਦਿਆਂ ਨੂੰ ਫੋਨ ਆ ਜਾਂਦਾ ਕਿ ਤੁਹਾਡੇ ਮੁੰਡੇ ਨਾਲ ਕਰਾ ਦਿੰਦੇ ਹਾਂ, ਤੇ ਤੁਹਾਨੂੰ ਭਾਜੀ ਆਹ ਕਦੀ ਕੋਲ ਆਈ ਇਸ ਰਿਗਾਰਡਿੰਗ ਕਿ ਤੁਹਾਡਾ ਮੁੰਡਾ ਬਾਹਰ ਚਲ ਗਿਆ, ਜਿੱਦਾਂ ਤੁਹਾਡੇ ਘਰੇ ਫੋਨ ਆਇਆ ਹੋਵੇ ਕਿ ਬਾਹਰ ਮੁੰਡਾ ਚਲੋ ਵੈਲ ਸੈਟਲ ਹੈਗਾ ਆ, ਆਪਾਂ ਰਿਸ਼ਤੇ ਦੀ ਗੱਲ ਕਰ ਲਈਏ। ਇਦਾਂ ਇਦਾਂ ਬਹੁਤ ਹੋ ਗਿਆ, ਬਹੁਤ ਹੁੰਦਾ ਆ। ਮੈਂ ਹੈਰਾਨ ਹੁੰਦਾ ਕਿ ਟਾਈਮ ਦੇ ਵਿੱਚ ਜਿਨ੍ਹਾਂ ਨੇ ਕਦੇ ਇਹ ਨਹੀਂ ਪੁੱਛਿਆ ਸੀਗਾ ਵੀ ਨਵਤੇਜ ਸਿੰਘ ਜੀ ਤੁਸੀਂ ਕਿੱਦਾਂ ਹੋ, ਹੈ ਨਾ, ਜਾਂ ਪੁੱਤ ਕਿੱਦਾਂ ਆ ਤੂੰ, ਹਾਂਜੀ ਠੀਕ ਹੈ। ਅੱਜ ਉਹਨਾਂ ਦੇ ਅੱਜ ਉਹਨਾਂ ਦੀ ਨੇੜਤਾ ਇੰਨੀ ਗਿਆ ਕਿ ਉਹ ਉਹਨਾਂ ਨੂੰ ਲੱਗਦਾ ਕਿ ਇਹ ਸਾਡਾ ਆ, ਪਰ ਪਤਾ ਨਹੀਂ ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਉਹਨਾਂ ਦਾ ਹੈਗਾ। ਸੱਚ ਹੈ ਇਹ, ਨਹੀਂ ਹੋ ਨਹੀਂ ਪਾਉਂਦਾ ਤੁਹਾਡੇ ਤੋਂ ਨਹੀਂ ਹੋ ਪਾਉਂਦਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਦੋਂ ਤੁਸੀਂ ਵਰਤਦੇ ਹੋ ਨਾ ਕਿਸੇ ਨਾਲ ਲੰਮੇ ਟਾਈਮ ਤੱਕ ਵਰਤਦੇ ਹੋ, ਚੰਗੇ ਮਾੜੇ ਟਾਈਮ ਦੇ ਵਿੱਚ ਦੋਨਾਂ ਨਾਲ ਵਰਤਦੇ ਹੋ, ਤਾਂ ਸਾਥ ਤੁਹਾਡਾ ਉਹਨਾਂ ਨੇ ਰਹਿੰਦਾ ਆ। ਠੀਕ ਹੈ, ਤੁਹਾਡੀ ਇੱਕ ਸਮਾਜ ਦੇ ਵਿੱਚ ਉਹ ਹੁੰਦਾ ਹੈ, ਤੁਹਾਡੀ ਵਾਰਤਾਲਾਪ ਹੁੰਦੀ ਆ ਆਪਸ ਦੇ ਵਿੱਚ, ਉਹ ਠੀਕ ਹੈ। ਬਟ ਨਹੀਂ, ਉਹ ਜਿਹੜਾ ਕਨੈਕਸ਼ਨ ਆ, ਜੇ ਤੁਸੀਂ ਕਹੋਗੇ ਕਿ ਨਹੀਂ ਮੇਰਾ ਮਤਲਬ ਮੈਂ ਵਾਕਈ ਉਹਨਾਂ ਦਾ ਨਹੀਂ ਹੈਗਾ ਗਾ, ਔਰ ਮੈਂ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਹੀ ਸਟੇਟ ਫਾਰਵਰਡ ਹਾਂ, ਤਾਂ ਨਹੀਂ ਹੋ ਪਾਉਂਦਾ ਤੁਹਾਡੇ ਤੋਂ। ਜੁੜਦੇ ਆ ਲੋਕ ਜਿਹਨਾਂ ਨੇ ਕਦੇ ਹਾਲ ਨਹੀਂ ਪੁੱਛਿਆ, ਫੋਨ ਕਰਦੇ ਆ, ਹੈ ਨਾ, ਉਹਨਾਂ ਨੇ ਅਜੇ ਉਹ ਰਿਸ਼ਤੇ ਬਣਾਉਂਦੇ ਆ, ਨਹੀਂ ਠੀਕ ਹੈ ਚੱਲ ਰਹੀ ਆ ਲਾਈਫ, ਪਰ ਉਹ ਮੈਟਰ ਨਹੀਂ ਕਰਦੇ ਆਪਣੀ ਲਾਈਫ ਦੇ ਵਿੱਚ। ਚੰਗੇ ਲੋਕ ਬਹੁਤ ਆ ਆਲੇ ਦੁਆਲੇ, ਤਾਂ ਤੁਹਾਡੇ ਵਰਗੇ ਭਰਾ ਬੈਠੇ ਨੇ, ਠੀਕ ਹੈ, ਸਾਨੂੰ ਉਹ ਬਸ ਉਹ ਸਭ ਤੋਂ ਵੱਡੀ ਚੀਜ਼ ਹੈ, ਮੈਟਰ ਨਹੀਂ ਕਰਦਾ ਹੈਗਾ। ਬਿਲਕੁਲ ਭਾਜੀ, ਇੱਕ ਮੇਰੇ ਦਿਲ ਵਿੱਚ ਕੁਐਸਚਨ ਸੀਗਾ, ਤੁਸੀਂ ਕਹਿਣਾ ਵੈਸੇ ਇਹਦੇ ਦਿਲ 'ਚ ਕੁਐਸਚਨ ਹੀ ਨਹੀਂ ਮੁੱਕਦੇ ਪਏ, ਪਰ ਜੋ ਮੇਰੇ ਦਿਲ 'ਚ ਮੈਂ ਪੁੱਛਦਾ। ਨਹੀਂ 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 ਪੁੱਛੋ, ਜਿੱਦਾਂ ਭਾਜੀ ਪੁੱਛੋ ਜੀ। ਜਿੱਦਾਂ ਭਾਜੀ ਕੋਈ ਬੰਦਾ ਸਟੂਡੈਂਟ ਜਾਂ ਕੋਈ ਵੀ ਵਰਕ ਪਰਮਿਟ ਵਾਲਾ ਜਾਂ ਚਾਹੇ PR ਵਾਲਾ ਬੰਦਾ 5 ਸਾਲ ਕੋਈ ਵੀ ਛੋਟੇ ਕੰਮ ਤੋਂ ਲੈ ਕੇ ਵੱਡਾ ਕੰਮ ਤੱਕ ਕਰਕੇ ਆਉਂਦਾ ਪੰਜਾਬ ਵਾਪਸ ਆਉਂਦਾ, ਤੇ ਜਦੋਂ ਕੋਈ ਇੱਥੇ ਉਹੀ ਕੰਮ ਕਰਦਾ ਤੇ ਉਹਦਾ ਸੋਚ ਕੈਨੇਡਾ ਵਾਲੀ ਰਹਿੰਦੀ ਆ ਕਿ ਇੱਥੇ ਆ ਕੇ ਬਦਲਦੀ ਆ, ਉਹ ਕਿੱਦਾਂ ਦੇਖਦਾ ਇੱਥੇ ਉਹੀ ਕੰਮ ਕਰਦੇ ਬੰਦਿਆਂ ਨੂੰ, ਤੁਹਾਨੂੰ ਕੀ ਲੱਗਦਾ? ਇਹ 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 ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜਾ ਤੁਸੀਂ ਕੁਐਸਚਨ ਕੀਤਾ ਹੈ, ਇਹ ਇਹ ਬੜਾ ਕੰਪਲੀਕੇਟ ਹੈ। ਕੰਪਲੀਕੇਟ ਕੀ ਹੈ ਕਿ ਦੇਖੋ ਮੈਂ ਇਹਦੇ ਵਿੱਚ ਸਾਰਿਆਂ ਨੂੰ ਇੰਕਲੂਡ ਨਹੀਂ ਕਰਾਂਗਾ,
ਇਹਦਾ ਆਨਸਰ ਬੜਾ ਥੋੜ੍ਹਾ ਜਿਹਾ ਤਿੱਖਾ ਆਨਸਰ ਹੈ ਇਹਦਾ, ਤਾਂ ਹੋ ਸਕਦਾ ਕਈਆਂ ਨੂੰ ਬਹੁਤ ਚੰਗਾ ਵੀ ਨਾ ਲੱਗੇ ਉਹ। ਇੱਥੇ ਨਾ ਮੈਂ ਤੁਹਾਨੂੰ ਦੱਸਦਾ, ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਲੋਕ ਕੰਮ ਕਰਦੇ ਆ, ਲੋਕ ਹਰ ਤਰ੍ਹਾਂ ਦਾ ਕੰਮ ਕਰਦੇ ਆ, ਝਾੜੂ ਲਾਉਣ ਤੋਂ ਪੋਚੇ ਲਾਉਣ ਤੱਕ ਸਫਾਈਆਂ ਦਾ ਸਾਰਾ ਕੰਮ ਕਰਦੇ ਆ। ਇੱਥੋਂ ਦੇ ਟਰੱਕ ਡਰਾਈਵਰ ਹੋ ਗਏ ਜਾਂ ਜਿਸ ਤਰ੍ਹਾਂ ਦਾ ਵੀ ਅਸੀਂ ਕੰਮ ਕਰਦੇ ਹਾਂ, ਸਾਡੇ ਬੰਦਿਆਂ ਦੀ ਤੁਹਾਨੂੰ ਮੈਂ ਗੱਲ ਦੱਸ ਰਿਹਾ, ਜਦੋਂ ਵਾਪਸੀ ਕਰਦੇ ਆ ਨਾ ਪੰਜਾਬ, ਤਾਂ ਜਿਹੜਾ ਬੰਦਾ ਇੱਥੇ ਇੱਥੇ ਹੋਟਲ 'ਚ ਕੰਮ ਕਰ ਰਿਹਾ, ਸਫਾਈ ਕਰ ਰਿਹਾ, ਇੱਥੇ ਡਿਸ਼ ਵਾਸ਼ਰ ਹੈ ਉਹ ਹੈ ਨਾ, ਟਰਾਲਾ ਚਲਾ ਰਿਹਾ ਜਿਹੜਾ ਬੰਦਾ ਇੱਥੇ, ਉਸੇ ਬੰਦੇ ਦਾ ਐਟੀਟਿਊਡ ਪੰਜਾਬ 'ਚ ਜਾ ਕੇ ਸੇਮ ਨਹੀਂ ਰਹਿੰਦਾ। ਇਹ ਚੰਗੀ ਚੀਜ਼ ਨਹੀਂ, ਇਹ ਅਸੀਂ ਚੀਜ਼ ਸਿੱਖੀ ਨਹੀਂ ਇੱਥੇ। ਉਹੀ ਬੰਦਾ ਆਪਣੀ ਫੀਲਡ, ਜਿਸ ਫੀਲਡ ਦੇ ਵਿੱਚ ਇੱਥੇ ਕੰਮ ਕਰ ਰਿਹਾ, ਉਸੇ ਫੀਲਡ ਦੇ ਬੰਦੇ ਦੀ ਉਹ ਜਾ ਕੇ ਉਹ ਜਦੋਂ ਪੰਜਾਬ ਪਹੁੰਚਦਾ ਨਾ ਜਾਂ ਇੰਡੀਆ ਜਾਂਦਾ, ਉਹ ਰਿਸਪੈਕਟ ਨਹੀਂ ਕਰਦਾ। ਇਹ ਸੱਚ ਹੈ, ਔਰ ਇਹ ਮੈਂ ਸਾਰਿਆਂ ਲਈ ਨਹੀਂ ਕਹੂੰਗਾ, ਇਹ ਬਟ ਹੈ, ਇਹ ਜ਼ਿਆਦਾਤਰ ਇਸ਼ੂ ਹੈਗੀ ਹੈ। ਮੈਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਕਿਉਂ ਕਿਉਂ ਹੋ ਰਹੀ ਹੈ ਇਹ ਚੀਜ਼। ਉਹ ਸ਼ਾਇਦ ਸਾਡਾ ਈਗੋ ਲੈਵਲ ਵੱਧ ਜਾਂਦਾ ਹੈ, ਜੇ ਤੁਸੀਂ ਕੈਨੇਡਾ 'ਚ ਵੀ ਸੇਮ ਕੰਮ ਕਰ ਰਹੇ ਹੋ, ਇੰਡੀਆ 'ਚ ਵੀ ਸੇਮ ਕੰਮ ਕਰ ਰਹੇ ਹੋ, ਇਟ ਡਜ਼ਨਟ ਮੀਨ ਕਿ ਉਹਦੇ ਵਿੱਚ ਕੋਈ ਡਿਫਰੈਂਸ ਹੈ, ਕੰਮ ਦਾ ਕੰਮ ਹੀ ਹੈ, ਦੇਖੋ ਸੇਮ ਹੈ ਨਾ। ਤਾਂ ਬਟ ਜਿਹੜਾ ਬਿਹੇਵੀਅਰ ਹੈ ਸਾਡਾ ਇੱਥੇ ਇੱਥੇ ਨਾ, ਮੈਂ ਇੱਕ ਚੀਜ਼ ਤੁਹਾਨੂੰ ਮੈਂਸ਼ਨ ਕਰੂੰਗਾ, ਨਾ ਰਿਸਪੈਕਟ ਬਹੁਤ ਕਰਦੇ ਆ ਇੱਥੇ ਹਰ ਕੰਮ ਦੀ। ਇੱਥੇ ਹਰ ਕੰਮ ਦੀ, ਤੁਸੀਂ ਕੋਈ ਡੋਰ ਵੀ ਖੋਲਦਾ, ਤੁਸੀਂ ਉਹਨੂੰ ਵੀ ਥੈਂਕ ਯੂ ਕਹਿੰਦੇ ਹੋ ਕਿ ਠੀਕ ਹੈ, ਐਪਰੀਸ਼ੀਏਟ ਕਰਦੇ ਹੋ ਤੁਸੀਂ ਉਹਨੂੰ। ਕੋਈ ਬੰਦਾ ਸਫਾਈ ਕਰਮਚਾਰੀ ਹੈ, ਉਹਦੀ ਰਿਸਪੈਕਟ ਬਹੁਤ ਜ਼ਿਆਦਾ ਆ, ਉਹਦੀ ਰਿਸਪੈਕਟ ਬਹੁਤ ਹੈ। ਬਟ ਇਹ ਚੀਜ਼ ਸਾਡੇ ਓਪੋਜ਼ਿਟ ਹੈ। ਤਾਂ ਮੈਨੂੰ ਹੈਰਾਨਗੀ ਇਸ ਗੱਲ ਤੋਂ ਆਉਂਦੀ ਹੁੰਦੀ ਹੈ ਕਿ ਉਹੀ ਬੰਦਾ ਜਦੋਂ ਇੱਥੇ ਸੇਮ ਕੰਮ ਕਰਕੇ ਉੱਥੇ ਜਾਂਦਾ ਹੈ, ਪੰਜਾਬ ਜਾਂਦਾ ਹੈ ਨਾ, ਉਹਦਾ ਬਿਹੇਵੀਅਰ ਉਹ ਨਹੀਂ ਰਹਿੰਦਾ, ਉਹਦਾ ਬਿਹੇਵੀਅਰ ਉਹ ਨਹੀਂ ਹੁੰਦਾ, ਉਹ ਉਨੀ ਜਿਹੜੀ ਹੈਗੀ ਹੈ ਰਿਸਪੈਕਟ ਉਹ ਬੰਦੇ ਨੂੰ ਨਹੀਂ ਦੇ ਪਾਉਂਦਾ ਉਹਦੇ ਸੇਮ ਫੀਲਡ ਵਾਲੇ ਬੰਦੇ ਨੂੰ। ਪਤਾ ਨਹੀਂ ਕਿਉਂ ਇਹ ਚੀਜ਼ ਹੈਰਾਨਗੀ ਹੁੰਦੀ ਹੈ ਮੈਨੂੰ। ਹਾਲਾਂਕਿ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਜਿਹੜੇ ਆਪਦਾ ਮਾਇੰਡ ਸੈਟਅਪ ਬਹੁਤ ਚੇਂਜ ਕਰਦੇ ਆ, ਬੜੇ ਬੜੇ ਵਾਹ ਕਮਾਲ ਲੋਕ ਨੇ, ਬਹੁਤ ਹੀ ਵਾਹ ਕਮਾਲ ਲੋਕ ਨੇ, ਉਹਨਾਂ ਦਾ ਮਾਇੰਡ ਸੈਟਅਪ ਇੰਨਾ ਚੇਂਜ ਹੋ ਜਾਂਦਾ ਇੱਥੇ, ਉਹਨਾਂ ਦਾ ਦੁਨੀਆਂ 'ਚ ਜਿਹੜਾ ਵਰਤਾਰਾ ਆ ਨਾ, ਉਹ ਬੜਾ ਵਾਹ ਕਮਾਲ ਹੋ ਜਾਂਦਾ ਆ, ਬਹੁਤ ਬਹੁਤ ਸੋਹਣਾ ਹੋ ਜਾਂਦਾ, ਉੱਥੋਂ ਦੀਆਂ ਚੀਜ਼ਾਂ ਸਿੱਖਦੇ ਆ, ਜਿਹੜੀ ਇਨਸਾਨ ਦੀ ਰਿਸਪੈਕਟ ਹੈ ਉਹਨੂੰ ਸਿੱਖਦੇ ਆ। ਅਤੇ ਪਰ ਉਹ ਸਾਰੇ ਲੋਕ ਨਹੀਂ ਕਰ ਪਾਉਂਦੇ, ਪਤਾ ਨਹੀਂ ਕਿਉਂ, ਮੈਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਕਿ ਇਹ ਗਲਤ ਹੈ, ਇਹ ਬਹੁਤ ਗਲਤ ਹੈ। ਕਿਸੇ ਵੀ ਜਗ੍ਹਾ 'ਤੇ ਜਦੋਂ ਤੁਸੀਂ ਰਹਿੰਦੇ ਹੋ ਨਾ, ਉਦੋਂ ਇੱਕ ਚੰਗਾ ਮਾਹੌਲ ਬਣਿਆ ਹੁੰਦਾ, ਇੱਕ ਇਨਵਾਇਰਮੈਂਟ ਬਣਿਆ ਹੁੰਦਾ, ਤੁਹਾਨੂੰ ਉੱਥੇ ਸਿੱਖਣਾ ਚਾਹੀਦਾ ਆ। ਜਿਵੇਂ ਬ੍ਰੈਂਪਟਨ ਬਾਰੇ ਤੁਸੀਂ ਜ਼ਿਆਦਾਤਰ ਸੁਣਦੇ ਹੋ ਕਿ ਉੱਥੇ ਹਮੇਸ਼ਾ ਤੁਸੀਂ, ਮੈਨੂੰ ਐਂ ਲੱਗਦਾ ਕਿ ਸੋਸ਼ਲ ਮੀਡੀਆ 'ਤੇ ਜਦੋਂ ਵੀ ਤੁਸੀਂ ਸੁਣੋ ਬ੍ਰੈਂਪਟਨ ਬਾਰੇ ਬੁਰਾ ਹੀ ਸੁਣਦੇ ਹੋ। ਜ਼ਿਆਦਾਤਰ ਇੱਦਾਂ ਹੀ ਹੁੰਦਾ ਹੈ ਕਿ ਉੱਥੇ ਬੱਚਿਆਂ ਨੇ ਬਹੁਤ ਮਾਹੌਲ ਖਰਾਬ ਕੀਤਾ ਹੋਇਆ, ਇੱਦਾਂ ਹੈਗਾ, ਉੱਦਾਂ ਹੈਗਾ। ਉਹਦੇ ਵਿੱਚ ਇੱਕ ਰੀਜ਼ਨ ਪਤਾ ਕੀ ਹੈ, ਉਹਦੇ ਵਿੱਚ ਰੀਜ਼ਨ ਇਹ ਹੈ ਕਿ ਉੱਥੇ ਦਾ ਇੱਕ ਮਾਹੌਲ ਹੁੰਦਾ, ਇਸ ਕੰਟਰੀ ਦਾ ਇੱਕ ਮਾਹੌਲ ਹੈ, ਰੂਲ ਰੈਗੂਲੇਸ਼ਨਸ ਹੈ, ਸਾਰੇ ਹੈਗੇ ਆ ਹੈ ਨਾ, ਤਾਂ ਉਹ ਅਸੀਂ ਫੋਲੋ ਨਹੀਂ ਕਰਦੇ, ਅਸੀਂ ਫੋਲੋ ਨਹੀਂ ਕਰਦੇ ਉਹ ਚੀਜ਼ਾਂ ਨੂੰ, ਆਪਣੇ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਹੈ ਨਾ। ਉਹ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਆਪਦਾ ਇਨਵਾਇਰਮੈਂਟ ਇੱਕੋ ਜਿਹਾ ਲੱਭਦੇ ਹੋ ਹੈ ਨਾ, ਤਾਂ ਸੇਮ ਇਨਵਾਇਰਮੈਂਟ ਤੁਸੀਂ ਲੱਭ ਲੈਂਦੇ ਉੱਥੇ ਪਹੁੰਚ ਕੇ, ਤੁਹਾਡਾ ਪੰਜਾਬੀ ਸਾਰੇ ਇਕੱਠੇ ਹੋਏ ਜਾਂ ਪੂਰਾ ਉੱਥੇ ਅੱਲਾ ਹੈ ਨਾ, ਸਾਰੇ ਇਕੱਠੇ ਹੋ ਕੇ ਰਹਿੰਦੇ ਆ ਉੱਥੇ, ਤਾਂ ਫਿਰ ਸੇਮ ਰਿਐਕਸ਼ਨ ਨਿਕਲਦੇ ਉਹਨਾਂ ਦੇ, ਉਹ ਸੇਮ ਜਿਹੜਾ ਉੱਥੋਂ ਦਾ ਸਾਡਾ ਮਾਹੌਲ ਹੈ, ਉਹਦੇ ਕਰਕੇ ਬਦਨਾਮੀ ਬਹੁਤ ਹੋ ਰਹੀ ਆ। ਈਵਨ ਤੁਸੀਂ ਅਗਰ ਸੋਸ਼ਲ ਉਹੀ ਜਿੱਦਾਂ ਐਕਸ਼ਨ ਦਾ ਰਿਐਕਸ਼ਨ ਕਹਿ ਦਿੰਦੇ ਹੁੰਦੇ ਆ, ਜੀ, ਉਹਦੇ ਰੀਜ਼ਨ ਇਹ ਹੋ ਰਿਹਾ ਕਿ ਰੇਸਿਜ਼ਮ ਵੱਧ ਰਿਹਾ ਇੱਥੇ। ਇੱਥੇ ਪਹਿਲਾਂ ਇੱਕ ਟਾਈਮ ਸੀ ਕਿ ਲੋਕ ਤੁਹਾਨੂੰ ਰਿਸਪੈਕਟ ਕਰਨਾ ਸ਼ੁਰੂ ਕੀਤਾ ਸੀ, ਉਹਨਾਂ ਨੇ ਜਿਹੜੇ ਗੋਰੇ ਆ ਉਹ ਪੱਗਾਂ ਦੇ ਕੇ ਬਹੁਤ ਖੁਸ਼ ਹੁੰਦੇ ਸੀਗੇ, ਅੱਜ ਉਹ ਥੋੜ੍ਹੀ ਜਿਹੀ, ਅੱਜ ਉਹਨਾਂ 'ਚ ਥੋੜ੍ਹਾ ਜਿਹਾ ਰੇਸਿਜ਼ਮ ਆਉਣਾ ਸ਼ੁਰੂ ਹੋ ਗਿਆ। ਉਹਦਾ ਰੀਜ਼ਨ ਇਹ ਰੇਸਿਜ਼ਮ ਲਾਈਕ ਕਿੱਦਾਂ ਦਾ ਭਾਜੀ, ਫਰਕ ਕਿੱਦਾਂ ਦਾ ਰੇਸਿਜ਼ਮ ਕਹਿ ਸਕਦੇ, ਫਰਕ ਕਿੱਦਾਂ ਕਿ ਉਹ ਤੁਹਾਨੂੰ ਦੇਖ ਕੇ ਖੁਸ਼ ਨਹੀਂ ਹੁੰਦੇ ਹੁਣ, ਕਿਉਂਕਿ ਅਸੀਂ ਹਾਲਾਤ ਇੱਦਾਂ ਦੇ ਕਰਦੇ ਨਾ ਇੱਥੇ, ਅਸੀਂ ਹਾਲਾਤ ਇੱਦਾਂ ਦੇ ਕਰਦੇ ਹਾਂ,
ਮੈਂ ਫਿਰ ਇਹੀ ਗੱਲ ਕਹਿ ਰਿਹਾ ਕਿ ਸਾਰੇ ਨਹੀਂ, ਬਟ ਬਹੁਤ ਜ਼ਿਆਦਾ ਰੇਸ਼ੋ ਇੱਦਾਂ ਹੋ ਰਹੀ ਹੈ ਕਿ ਸਾਡੀਆਂ ਜਿਹੜੀਆਂ ਹਰਕਤਾਂ ਉਹ ਮਤਲਬ ਕਿ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ, ਕੁਛ ਰੇਸ਼ੋ ਹੁੰਦੀ ਆ ਜਿਹੜੇ ਬਾਕੀਆਂ ਨੂੰ ਵੀ ਫੇਸ ਜੀ ਕਰਨਾ ਜੀ ਜੀ ਹੁੰਦੀ ਆ। ਹਾਂ ਉਹ ਬਾਕੀਆਂ ਦੁਆਰਾ ਵੀ ਨਾਮ ਖਰਾਬ ਕਰਦੇ ਆ ਨਾ, ਤਾਂ ਅੱਜ ਲੋਕੀ ਹਾਂਜੀ ਉਹ ਕਮੈਂਟ ਕਰਦੇ ਆ ਨਾ ਜਾਂ ਹੀਟ ਕਰਨਾ ਸਟਾਰਟ ਹੋ ਚੁੱਕੀ ਹੈ, ਸਟੇਟ ਵੀ ਹੀਟ ਵੀ ਸਟਾਰਟ ਹੋ ਚੁੱਕੀ ਥੋੜ੍ਹੀ ਥੋੜ੍ਹੀ, ਤਾਂ ਅਗਰ ਤੁਸੀਂ ਚਾਹੁੰਦੇ ਕਿ ਇਹ ਚੀਜ਼ਾਂ ਨਾ ਬਣਨ ਤਾਂ ਤੁਹਾਨੂੰ ਸੁਧਰਨਾ ਪਏਗਾ, ਤੁਸੀਂ ਗਲਤ ਚੀਜ਼ਾਂ ਕਰਨੀਆਂ ਬੰਦ ਕਰ ਦਿਓ ਇੱਥੇ, ਤੁਸੀਂ ਰੂਲਸ ਨੂੰ ਫੋਲੋ ਕਰਨਾ ਸ਼ੁਰੂ ਕਰ ਦਿਓ, ਰਿਸਪੈਕਟ ਕਰਨਾ ਸ਼ੁਰੂ ਕਰੋ, ਇਹ ਜਿਹੜੇ ਪੁੱਠੀਆਂ ਸਿੱਧੀਆਂ ਚੀਜ਼ਾਂ ਅਸੀਂ ਕਰਦੇ ਹਾਂ ਨਾ ਕਰੀਏ ਅਸੀਂ, ਉਹਦੇ ਕਰਕੇ ਤੁਹਾਡਾ ਨੁਕਸਾਨ ਨਹੀਂ ਹੋ ਰਿਹਾ, ਤੁਹਾਡੀ ਪੂਰੀ ਕਮਿਊਨਿਟੀ ਦਾ ਨੁਕਸਾਨ ਹੋ ਰਿਹਾ, ਇਹ ਚੀਜ਼ ਸਾਨੂੰ ਸਮਝਣੀ ਪਏਗੀ। ਅਗਰ ਨਹੀਂ ਸਮਝੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੱਚ ਹੈ ਕੈਨੇਡਾ ਤੁਹਾਡੇ ਲਈ ਬਹੁਤ ਵਧੀਆ ਜਗ੍ਹਾ ਨਹੀਂ ਹੋਊਗੀ ਇਹ ਚੀਜ਼। ਭਾਜੀ ਜਿੱਦਾਂ ਦਾ ਹੁਣ ਤੁਸੀਂ ਮਾਹੌਲ ਦੱਸਦੇ ਪਏ ਆ ਕਿ ਕੈਨੇਡਾ ਵਿੱਚ ਚੱਲਦਾ ਪਿਆ ਆ, ਤੇ ਸੱਚੀ ਉਹ ਮਾਹੌਲ ਕਰਕੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਵਿੱਚ ਪੰਜਾਬੀਆਂ ਦਾ ਔਖਾ ਹੋ ਜਾਣਾ ਆ? ਜਿੱਦਾਂ ਹੁਣ ਵੀ ਰੂਲ ਬਹੁਤ ਸਟ੍ਰਿਕਟ ਹੁੰਦੇ ਪਏ ਆ, ਸਖਤ ਹੁੰਦੇ ਪਏ ਆ ਅੱਗੇ ਨਾਲੋਂ। ਮੈਂ ਮੇਰਾ ਮੰਨਣਾ ਇਹ ਹੈ ਕਿ ਇੱਥੇ ਜਿਹੜਾ ਪੰਜਾਬੀਆਂ ਤੋਂ ਵੱਡਾ ਰਾਜਾ ਕੋਈ ਨਹੀਂ, ਉਹਦਾ ਰੀਜ਼ਨ ਇਹ ਹੈ ਕਿ ਜਿੰਨੇ ਵੀ ਤੁਸੀਂ ਤਕੜੇ ਬਿਜ਼ਨਸ ਦੇਖ ਲਓਗੇ ਨਾ ਇੱਥੇ, ਚੰਗੇ ਚੰਗੇ ਬਿਜ਼ਨਸ ਔਰ ਬਹੁਤ ਵਧੀਆ ਜੋਬਸ ਵੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਪੰਜਾਬੀ ਇਨਵੋਲਵ ਵੀ ਨੇ, ਠੀਕ ਹੈ, ਉਹਨਾਂ ਦਾ ਇੱਕ ਆਪਣਾ ਨਾਮ ਹੈ ਹੈਗਾ ਆ, ਬਿਲਕੁਲ, ਬਹੁਤ ਬਹੁਤ ਮਿਹਨਤ ਕੀਤੀ ਹੈ, ਅਸੀਂ ਇੱਥੇ ਬਹੁਤ ਮਿਹਨਤ ਕੀਤੀ ਹੈ, ਐਪਰੀਸ਼ੀਏਟ ਵੀ ਹੋਏ ਹਾਂ, ਅਸੀਂ ਬਹੁਤ ਐਪਰੀਸ਼ੀਏਟ ਵੀ ਹੋਏ ਹਾਂ, ਪੋਲੀਟੀਸ਼ੀਅਨਸ ਨੇ ਸਾਡੇ ਬੜੇ ਵਧੀਆ ਪੋਲੀਟੀਸ਼ੀਅਨਸ ਨੇ ਇੱਥੇ, ਬਟ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਜਦੋਂ ਇੱਕ ਰੇਸ਼ੋ ਇੱਦਾਂ ਦੀ ਆ ਜਾਂਦੀ ਨਾ ਇੱਥੇ ਕਿ ਤੁਸੀਂ ਗਲਤ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ ਹੋ, ਉਹਦਾ ਇੰਪੈਕਟ ਸਭ 'ਤੇ ਪਏਗਾ, ਤਾਂ ਉਹਦਾ ਇੰਪੈਕਟ ਪੈਣਾ ਜਿਹੜਾ ਸਟਾਰਟ ਹੋ ਗਿਆ ਆ ਉਹ ਹੁੰਦਾ ਹੈ, ਲੋਕੀ ਲੋਕਾਂ ਨੂੰ ਬੁਲੀ ਕਰਨਾ ਇੱਥੇ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੇ ਸਟਾਰਟ ਕਰਤਾ ਆ। ਤੇ ਭਾਜੀ ਜਿੱਦਾਂ ਹੁਣ ਹਾਲਾਤ ਜਿੱਦਾਂ ਤੁਸੀਂ ਕਹਿੰਦੇ ਪਏ ਕਿ ਖਰਾਬ ਹੁੰਦੇ, ਉਹਦੇ ਨਾਲ ਫਰੋਡ ਸਿਸਟਮ ਬਹੁਤ ਜ਼ਿਆਦਾ ਚੱਲਦਾ ਹਰੇਕ ਪਾਸੇ, ਚਾਹੇ ਆਪਾਂ ਇੰਡੀਆ ਦੀ ਗੱਲ ਕਰੀਏ ਚਾਹੇ ਜਿਹੜੇ ਮਰਜ਼ੀ ਦੇਸ਼ ਦੀ ਗੱਲ ਕਰ ਲਈਏ, ਤੇ ਇੱਥੇ ਕੈਨੇਡਾ ਦੇ ਵਿੱਚ ਸਟੂਡੈਂਟਸ ਦੇ ਨਾਲ ਕਿਹੜਾ ਫਰੋਡ ਸਿਸਟਮ ਜ਼ਿਆਦਾ ਚੱਲਦਾ? ਇੱਥੇ ਇੱਥੇ ਇਕੱਲੇ ਸਟੂਡੈਂਟ ਨਾਲ ਫਰੋਡ ਨਹੀਂ ਹੋ ਰਿਹਾ, ਹਰੇਕ ਬੰਦੇ ਨਾਲ ਫਰੋਡ ਹੋ ਰਿਹਾ ਹੈ ਇੱਥੇ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜੇ ਤੁਹਾਨੂੰ ਕਾਲਸ ਆਉਂਦੀਆਂ ਨੇ, ਠੀਕ ਹੈ, ਜਿਵੇਂ ਉਹ ਆਪਣੇ ਇੰਡੀਆ 'ਚ ਵੀ ਚੀਜ਼ ਚੱਲਦੀ ਹੈ, ਤੁਹਾਡੇ ਅਕਾਊਂਟਸ ਹੈਕ ਹੋ ਜਾਂਦੇ ਆ, ਤੁਹਾਡੇ ਕਾਰਡਸ ਦੇ ਵਿੱਚੋਂ ਇੱਥੇ ਡੋਲਰਸ ਕੱਟੇ ਜਾਂਦੇ ਆ, ਤੁਸੀਂ ਕਾਲ ਆਈ ਤੁਹਾਨੂੰ ਕਿਹਾ ਜਾਏਗਾ ਕਿ ਤੁਹਾਡਾ ਨੰਬਰ ਬੰਦ ਹੋ ਰਿਹਾ, ਉਹ ਤੁਸੀਂ ਇਹ ਨੰਬਰ ਪ੍ਰੈਸ ਕਰੋ, ਇਹ ਹੋ ਜਾਏਗਾ, ਠੀਕ ਹੈ, ਇਮੀਗ੍ਰੇਸ਼ਨ ਤੋਂ ਅਸੀਂ ਕਾਲ ਕਰ ਰਹੇ ਹਾਂ, ਬੜੇ ਸਾਰੇ ਇਸ ਤਰ੍ਹਾਂ ਦੇ ਫਰੋਡ ਹੋ ਰਹੇ ਆ ਇੱਥੇ, ਬਹੁਤ ਸਾਰੇ ਹੋ ਰਹੇ ਆ, ਉਹ 'ਚ ਤੁਹਾਡਾ ਨੁਕਸਾਨ ਹੁੰਦਾ ਹੈ, ਯੂ ਹੈਵ ਟੂ ਬੀ ਕੇਅਰਫੁਲ ਅਬਾਊਟ ਇਟ, ਹੈ ਨਾ, ਉੱਥੋਂ ਬਹੁਤ ਕੇਅਰਫੁਲ ਰਹਿਣ ਦੀ ਲੋੜ ਹੈਗੀ ਹੈ, ਅਤੇ ਸਟੂਡੈਂਟ ਨਾਲ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਆ, ਉਹਨਾਂ ਨੂੰ ਕੁਛ ਲੋਕ ਕੰਮ ਦਿਵਾਉਣ ਦੇ ਚੱਕਰ 'ਚ ਕਹਿ ਦਿੰਦੇ ਆ ਕਿ ਹਾਂਜੀ ਤੁਸੀਂ ਇੰਨਾ ਪੇ ਕਰੋ ਅਸੀਂ ਤੁਹਾਨੂੰ ਕੰਮ ਦਿਵਾਵਾਂਗੇ, ਹੈ ਨਾ, ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਇਹ ਆਮ ਹੈ, ਇਹ ਹੈਗੀਆਂ ਇੱਥੇ ਵੀ ਹੈਗੀਆਂ, ਅਸੀਂ ਇਹ ਨਹੀਂ ਕਹਾਂਗੇ ਕਿ ਉਹ ਸਿਰਫ ਉੱਥੇ ਇੰਡੀਆ 'ਚ ਹੀ ਹੈ ਜੇ, ਇੱਥੇ ਨਹੀਂ ਹੈਗੇ, ਇੱਥੇ ਵੀ ਸਭ ਉਹ ਚੱਲ ਰਿਹਾ ਹੈ, ਸਭ ਕੁਛ ਹੋ ਰਿਹਾ ਹੈ, ਬਟ ਇਹ ਹੈ ਕਿ ਤੁਹਾਨੂੰ ਕੌਨਸ਼ੀਅਸ ਰਹਿਣਾ ਪਏਗਾ, ਤੁਹਾਨੂੰ ਸਮਝਣਾ ਪਏਗਾ ਚੀਜ਼ਾਂ ਨੂੰ। ਹਾਂਜੀ ਭਾਜੀ, ਇੱਕ ਕੁਐਸਚਨ ਸੀਗਾ ਮੇਰਾ, ਮੈਂ ਇੱਦਾਂ ਇੰਟਰਵਿਊਜ਼ ਦੇਖਦਾ ਪਿਆ ਸੀਗਾ ਜਾਂ ਆਪਣੇ ਇੰਸਟਾਗ੍ਰਾਮ 'ਤੇ ਰੀਲਸ ਦੇਖਦਾ ਪਿਆ ਸੀਗਾ, ਬਹੁਤ ਜ਼ਿਆਦਾ ਮੰਨਣਾ ਇਹ ਆ ਕਿ ਜੇ ਆਪਣੀ ਇਕੱਲੀ ਕੁੜੀ ਨਾ ਭੇਜੋ, ਪਲੱਸ ਟੂ ਕਰਕੇ ਬਿਲਕੁਲ ਨਾ ਭੇਜੋ ਉਹਨਾਂ ਨੂੰ। ਇਹ ਮੇਰੇ ਦਿਮਾਗ 'ਚ ਕੁਐਸਚਨ ਹੁਣੇ ਆਇਆ ਕਿ ਹੈ ਨਾ ਕਿੱਦਾਂ ਦੇ ਹਾਲਾਤ ਵਾ ਕਿ ਲੋਕ ਕਹਿ ਰਹੇ ਆ ਕਿ ਆਪਣੀ ਕੁੜੀਆਂ ਨੂੰ ਇਕੱਲੀਆਂ ਨੂੰ ਨਾ ਭੇਜੋ, ਜੇ ਭੇਜਣਾ ਤਾਂ ਵਿਆਹ ਕਰਾ ਕੇ ਭੇਜੋ। ਉਹਦੇ ਪਿੱਛੇ ਨਾ ਜਿਹੜਾ ਇੱਥੋਂ ਦਾ ਮਾਹੌਲ ਬਣਿਆ ਹੋਇਆ, ਜਿਵੇਂ ਪਲੱਸ ਟੂ ਦੀ ਤੁਸੀਂ ਫਿਰ ਉਹੀ ਗੱਲ ਕੀਤੀ ਹੈ ਨਾ, ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਉਹ ਏਜ ਹੀ ਨਹੀਂ ਹੈਗੀ ਪਹਿਲੀ ਗੱਲ ਤਾਂ ਬੱਚੇ ਨੂੰ ਭੇਜਣ ਵਾਲੀ, ਪਹਿਲੀ ਗੱਲ ਹੈ,
ਇੱਕ ਤੁਸੀਂ ਇੱਕ ਪੰਛੀ ਨੂੰ ਪਿੰਜਰੇ 'ਚ ਰੱਖਿਆ, ਜਦੋਂ ਇੱਕੇ ਦਮ ਉਹਨੂੰ ਬਾਹਰ ਕੱਢੋਗੇ ਹੈ ਨਾ, ਉਹਨੂੰ ਆਸਮਾਨ ਦਿਖੇਗਾ, ਤਾਂ ਆਸਮਾਨ 'ਚੋਂ ਖੁੱਲ੍ਹਾ ਉੱਡਣ ਦੀ ਕੋਸ਼ਿਸ਼ ਤਾਂ ਕਰੇਗਾ ਹੀ। ਹਾਂਜੀ ਉਹ ਜਦੋਂ ਉਹਨੂੰ ਕੋਈ ਵੀ ਚਮਕਦੀ ਚੀਜ਼ ਜਿਹੜੀ ਉਹਨੂੰ ਅਟਰੈਕਟ ਕਰੇਗੀ ਕਰੇਗੀ, ਹੈ ਨਾ, ਬਿਲਕੁਲ। ਇੱਕੇ ਦਮ 'ਚ ਇੱਕ ਇੱਕੇ ਦਮ ਜਦੋਂ ਤੁਸੀਂ ਇੱਦਾਂ ਕਰਦੇ ਹੋ ਤਾਂ ਉਹ ਉਹਦਾ ਇੰਪੈਕਟ ਪੈਂਦਾ ਹੈ ਬੱਚਿਆਂ 'ਤੇ। ਜਦੋਂ ਜਿੱਥੋਂ ਤੱਕ ਤੁਸੀਂ ਕੁੜੀਆਂ ਦੀ ਉਹ ਗੱਲ ਕਹਿ ਰਹੇ ਹੋ ਨਾ, ਉਹ ਮਤਲਬ ਹੈ, ਉਹ ਚੀਜ਼ ਹੈਗੀ ਹੈ ਇੱਥੇ। ਕਾਫ਼ੀ ਸਾਰੀਆਂ ਚੀਜ਼ਾਂ ਖਰਾਬ ਹੋ ਰਹੀਆਂ, ਉਹ ਦੇਖੋ ਦੇਖੀ ਜਿਹੜਾ ਮਾਹੌਲ ਬਣਿਆ ਹੋਇਆ ਬਹੁਤ ਗਲਤ ਮਾਹੌਲ ਚੱਲ ਪਿਆ, ਜਿਹੜੇ ਫਰੀਡਮ ਦਾ ਬਹੁਤ ਗਲਤ ਫਾਇਦਾ ਚੱਕਿਆ ਜਾ ਰਿਹਾ, ਸ਼ਰਮ ਲਿਹਾਜ਼ ਵੀ ਖਤਮ ਹੋਏ ਹੈ ਬਹੁਤ ਸਾਰੀਆਂ ਕੁੜੀਆਂ। ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਬਹੁਤ ਕੁੜੀਆਂ ਵਧੀਆ ਵੀ ਨੇ, ਬਹੁਤ ਵਧੀਆ ਕੁੜੀਆਂ ਵੀ ਨੇ ਜੋ ਬਹੁਤ ਮਿਹਨਤੀ ਨੇ, ਜਿਨ੍ਹਾਂ ਨੂੰ ਇੱਜ਼ਤਾਂ ਦੇ ਮੁੱਲ ਪਤਾ ਨੇ ਆਪਣੇ ਘਰਦਿਆਂ ਦੇ, ਹੈ ਨਾ, ਬਿਲਕੁਲ ਉਹ ਸਭ ਕੁਝ ਚੱਲਦਾ। ਪਰ ਪਲੱਸ ਟੂ ਵਾਲੀ ਏਜ ਨਹੀਂ ਹੈਗੀ ਬੱਚੇ ਨੂੰ ਭੇਜਣ ਦੀ, ਬੱਚੇ ਨੂੰ ਥੋੜ੍ਹਾ ਜਿਹਾ ਮੈਚੋਰ ਕਰਕੇ ਭੇਜੋ, ਬਿਲਕੁਲ, ਤਾਂ ਕਿ ਉਹਨੂੰ ਪਤਾ ਰਹੇ ਬਿਲਕੁਲ ਕਿ ਮੈਂ ਕਿਹੜੀ ਚੀਜ਼ ਸਹੀ ਹੈ ਮੇਰੇ ਲਈ ਔਰ ਕਿਹੜੀ ਗਲਤ ਹੈ। ਇੰਨਾ ਤਾਂ ਤੁਹਾਨੂੰ ਖਿਆਲ ਰੱਖਣਾ ਹੀ ਬਿਲਕੁਲ ਪਏਗਾ। ਅਗਰ ਪੇਰੈਂਟਸ ਨੂੰ ਸਿਰਫ ਮੈਨੂੰ ਐਂ ਲੱਗਦਾ ਲੋਕਾਂ ਨੇ ਪੈਸਾ ਮੁੱਖ ਰੱਖ ਲਿਆ, ਜੇ ਤੁਹਾਨੂੰ ਪੈਸੇ ਦੀ ਗੱਲ ਹੈ ਸਿਰਫ, ਫਿਰ ਤਾਂ ਚਲੋ ਤੁਹਾਡੀ ਮਰਜ਼ੀ ਹੈ ਨਾ, ਤੁਸੀਂ ਜੋ ਮਰਜ਼ੀ ਕਰਦੇ ਰਹੋ, ਤਾਂ ਉਹ ਚੱਲੀ ਹਾਂਜੀ ਜਾਏਗਾ, ਉਹ ਚੱਲੀ ਜਾਣਾ ਆ, ਬਿਲਕੁਲ। ਤਾਂ ਹੁਣ ਵੀ ਚੱਲ ਰਿਹਾ ਵੈਸੇ ਇਸ ਗੱਲ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਹੀ ਗਲਤ ਵਾ, ਕੁਝ ਕੁ ਆਪਾਂ ਪਰਸੈਂਟੇਜ ਕਹਿ ਸਕਦੇ ਹਾਂ, ਕੁਝ ਪ੍ਰਤੀਸ਼ਤ। ਨਹੀਂ ਮੈਂ ਤੁਹਾਨੂੰ ਹਰ ਵਾਰੀ ਮੈਂ ਇੱਕ ਇੱਕ ਵੀ ਗੱਲ ਵਾਰੀ ਮੈਂ ਜਾਣ ਕਰਦਾ ਕਿ ਸਾਰੀ ਰੇਸ਼ੋ ਮੈਂ ਕਦੇ ਹਾਂਜੀ ਨਹੀਂ ਇਹ ਕਹਿੰਦਾ ਹੁੰਦਾ ਕਿ ਸਾਰੇ ਇੱਕੋ ਜਿਹੇ ਆ, ਬਿਲਕੁਲ। ਗੱਲ ਉਹਦੇ 'ਚ ਪਰਸੈਂਟੇਜ ਕਿੰਨੀ ਕੁ ਹੈ ਨਾ, ਇਹਦੇ 'ਚ ਪਰਸੈਂਟੇਜ ਹਾਂਜੀ ਵੱਧ ਰਹੀ ਹੈ, ਬਿਲਕੁਲ, ਮੈਂ ਇਹ ਗੱਲ ਕਹੂੰਗਾ ਕਿ ਇਹ 'ਚ ਪਰਸੈਂਟੇਜ ਵੱਧ ਰਹੀ ਹੈ। ਇਮੇਚਿਓਰ ਜਦੋਂ ਹਾਂਜੀ ਬੱਚਾ ਆਉਂਦਾ ਨਾ, ਤਾਂ ਉਹ 'ਚ ਪਰਸੈਂਟੇਜ ਵਾਕਈ ਵੱਧ ਰਹੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਿੱਧਾ ਹੀ ਮੈਰਿਜ ਕਰਕੇ ਭੇਜ ਦਿਓ, ਜੇ ਤੁਹਾਡੇ ਕੋਲ ਇੱਕ ਹੋਰ ਆਪਸ਼ਨ ਹੈਗੀ ਬੱਚੇ ਨੂੰ ਮੈਚਿਓਰ ਹੋਣ ਦਿਓ, ਬੱਚੇ ਨੂੰ ਐਕਸਪੀਰੀਅੰਸ ਲੈਣ ਦਿਓ, ਬੱਚੇ ਨੂੰ ਬਿਲਕੁਲ ਗੱਲ ਸਹੀ ਦਾ ਮਤਲਬ ਪਤਾ ਹਾਂਜੀ ਹੋਣਾ ਚਾਹੀਦਾ ਹੈ, ਫਿਰ ਭੇਜੋ, ਉਹ ਜ਼ਿਆਦਾ ਹਾਂਜੀ। ਵਧੀਆ ਹੈ, ਉਹ ਬਹੁਤ ਵਧੀਆ ਹੈ। ਜਿੱਥੇ ਤੱਕ ਭਾਜੀ ਮੈਨੂੰ ਲੱਗਦਾ ਹੈ ਕਿ ਕਈ ਜਣਿਆਂ ਦੀ ਥਿੰਕਿੰਗ ਇਹ ਵੀ ਆ, ਸੋਚਣੀ ਇਹ ਵੀ ਆ ਕਿ ਇਕੱਲਾ ਅਸੀਂ ਪੜ੍ਹਾਈ ਕਰਨ ਨਹੀਂ ਜਾਣਾ ਕੈਨੇਡਾ, ਜਾਂ ਇਕੱਲਾ ਆਪਣੀ ਲਾਈਫ ਸਟਾਈਲ ਨਹੀਂ ਦੇਖਣਾ ਹੈਗਾ, ਕਈ ਚਾਹੁੰਦੇ ਆ ਕਿ ਅਸੀਂ ਖੁੱਲ੍ਹੀ ਆਜ਼ਾਦੀ ਦਾ ਆਨੰਦ ਮਾਣੀਏ, ਕਿ ਹਾਂ ਵੀ ਸਾਨੂੰ ਕੋਈ ਟੋਕਾ ਟਾਕੀ ਨਾ ਹੋਵੇ, ਕੋਈ ਸਾਨੂੰ ਕਹਿਣ ਵਾਲਾ ਨਾ ਹੋਵੇ, ਉੱਥੇ ਆ ਕੇ ਅਸੀਂ ਜੋ ਮਰਜ਼ੀ ਕਰੀਏ, ਚਾਹੇ ਲਿਵਿੰਗ 'ਚ ਰਹੀਏ, ਚਾਹੇ ਜੋ ਮਰਜ਼ੀ ਕਰੀਏ, ਆ ਮਾਹੌਲ ਹੈਗਾ ਇੱਥੇ, ਤੁਹਾਨੂੰ ਦੇਖਣ ਨੂੰ ਮਿਲਦਾ ਹੋਣਾ ਇੱਥੇ। ਦੇਖੋ ਜਿਹੜਾ ਤੁਸੀਂ ਸ਼ਬਦ ਵਰਤੇ ਨਾ, ਲਿਵਿੰਗ ਬਹੁਤ ਕਾਮਨ ਹੈ, ਕਾਫੀ ਕਾਮਨ ਹੈ ਇੱਥੇ, ਬਹੁਤ ਹੀ ਜ਼ਿਆਦਾ ਕਾਮਨ ਹੋ ਚੁੱਕਾ ਹੈ। ਤਾਂ ਮੈਂ ਫਿਰ ਉਹੀ ਗੱਲ ਇਹੀ ਆਉਂਦੀ ਹੈ ਕਿ ਮੈਚਿਓਰਿਟੀ ਦੀ ਗੱਲ ਆਉਂਦੀ ਹੈ ਨਾ, ਮੈਚਿਓਰਿਟੀ ਦੀ ਗੱਲ ਆਉਂਦੀ ਹੈ, ਔਰ ਤੁਹਾਡਾ ਤੁਹਾਡਾ ਜਿਹੜਾ ਹੈਗਾ ਨਾ ਸੋਚਣਾ, ਨਜ਼ਰੀਆ ਕਿਹੋ ਜਿਹਾ, ਉਹਦੇ 'ਤੇ ਵੀ ਡਿਪੈਂਡ ਕਰਦਾ ਹੈ। ਤੋ ਇਕੱਲੇ ਬੱਚਿਆਂ ਦੀ ਗੱਲ ਨਹੀਂ ਕਰੂੰਗਾ, ਦੇਖੋ ਇਹਦੇ ਵਿੱਚ ਇਕੱਲਾ ਕੁੜੀਆਂ ਨੂੰ ਵੀ ਕਹਿਣਾ ਗਲਤ ਹੈ, ਕੁੜੀਆਂ ਇਕੱਲੀਆਂ ਲਿਵਿੰਗ ਦਾ ਮਤਲਬ ਹੈ ਕਿ ਦੋਵੇਂ ਹੀ ਰਹਿ ਰਹੇ ਆ, ਦੋਵੇਂ ਰਹਿ ਰਹੇ ਆ, ਤਾਂ ਬਿਲਕੁਲ। ਮੁੰਡੇ ਕੁੜੀਆਂ ਦੇ ਤੁਸੀਂ ਗੱਲ ਕਰਦੇ ਹੋ ਤਾਂ ਦੋਵਾਂ ਦਾ ਹਾਲ ਇੱਕੋ ਜਿਹਾ ਹੀ ਹੈ, ਇੱਥੇ ਮੁੰਡੇ ਬਹੁਤ ਗਲਤ ਕੰਮ ਕਰਦੇ ਫਿਰਦੇ ਆ, ਹੈ ਨਾ, ਇੱਥੇ ਮੈਂ ਪੱਗਾਂ ਬੰਨੀਆਂ ਹੋਈਆਂ ਮੁੰਡਿਆਂ ਦੇ, ਉਹ ਇਹੋ ਜਿਹੀਆਂ ਹਰਕਤਾਂ ਕਰਦੇ ਆ, ਸ਼ਰਮ ਆਉਂਦੀ ਹੈ। ਮੈਂ ਇਹ ਨਹੀਂ, ਪੱਗ ਨੂੰ ਇੰਪੋਰਟੈਂਸ ਇਹ ਨਹੀਂ ਕਹਿ ਰਿਹਾ ਕਿ ਸਿਰਫ ਪੱਗ ਵਾਲਾ ਬੰਦਾ, ਹੈ ਨਾ, ਬਟ ਇੱਕ ਇਹਦੇ ਨਾਲ ਰਿਸਪੈਕਟ ਜੁੜੀ ਹੋਈ ਹੈ ਪੱਗ ਦੇ ਨਾਲ ਬਹੁਤ ਵੱਡੀ, ਤਾਂ ਮੈਂ ਇਹੋ ਜਿਹੇ ਲੈਵਲ 'ਤੇ ਦੇਖਦਾ ਕਿ ਬੰਦੇ ਹਰਕਤਾਂ ਕਰਦੇ ਆ ਜਿਹੜੀਆਂ, ਮਤਲਬ ਤੁਹਾਨੂੰ ਵੀ ਖੁਦ ਨੂੰ ਵੇਖ ਕੇ ਸ਼ਰਮ ਆਏਗੀ, ਬਹੁਤ ਬਹੁਤ ਘਟੀਆ। ਔਰ ਮੇਰਾ ਮੰਨਣਾ ਇਹ ਹੈ ਕਿ ਤੁਸੀਂ ਭਾਵੇਂ ਕਿਸੇ ਵੀ ਕਲਚਰ 'ਚ ਤੁਸੀਂ ਬਿਲੋਂਗ ਕਰਦੇ ਨਾ, ਤੁਹਾਨੂੰ ਥੋੜ੍ਹੀ ਸਮਝ ਹੋਣੀ ਚਾਹੀਦੀ ਹੈ, ਤੁਹਾਨੂੰ ਰਹਿਣ ਸਹਿਣ ਦਾ ਥੋੜ੍ਹੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਵੇਂ ਵਿਚਰਨਾ ਆ ਇੱਥੇ। ਤੁਸੀਂ ਲੜਾਈ ਝਗੜੇ ਕਰ ਰਹੇ ਹੋ, ਰਾਹ ਜਾਂਦੀਆਂ ਕੁੜੀਆਂ ਛੇੜ ਰਹੇ ਹੋ, ਹੈ ਨਾ, ਬਹੁਤ 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 ਕੁਛ ਹੋ ਰਿਹਾ ਆ, ਬਹੁਤ ਕੁਛ ਹੋ ਰਿਹਾ ਇੱਥੇ, ਔਰ ਇਹਨਾਂ 'ਚ ਦੋਨਾਂ ਦੀ ਗਲਤੀ ਹੈ, ਤਾਂ ਇੱਕ ਇੱਕ ਦਾ ਕਿਸੇ ਦਾ ਕਸੂਰ ਨਹੀਂ ਹੈਗਾ। ਔਰ ਕੁਛ ਕੇਸ ਤਾਂ ਇੱਦਾਂ ਦੇ ਵੀ ਹੈਗੇ ਆ ਕਿ ਮੈਂ ਮੁੰਡੇ ਕੁੜੀਆਂ ਦੋਨਾਂ ਦੀ ਗੱਲ ਹੀ ਕਰਦਾ ਮੈਂ ਫਿਰ, ਕਿ ਹਾਂਜੀ ਮੈਰਿਜ ਹੋ ਰੱਖੀ ਉਹਨਾਂ ਦੀ, ਮੈਰਿਜ ਕਰਵਾਈ ਹੋਈ ਆ, ਤੇ ਬਟ ਉਹ ਸਟਿਲ ਇੱਥੇ ਰਿਲੇਸ਼ਨਸ਼ਿਪ ਚੱਲ ਰਹੇ ਆ,
ਹੁੰਦਾ। ਕਈਆਂ ਦੇ ਬੱਚੇ ਹੈਗੇ ਆ ਉਹ ਫਿਰ ਵੀ ਇਮਾਨਦਾਰੀ ਨਹੀਂ ਹੈਗੀ, ਤਾਂ ਕੀ ਕਹਿ ਸਕਦੇ ਆਪਾਂ ਇਹਦੇ ਬਾਰੇ। ਬਸ ਇਹ ਹੈ ਕਿ ਅਸੀਂ ਮੈਂ ਹਮੇਸ਼ਾ ਹੀ ਇੱਕ ਗੱਲ ਕਹੀ ਹੈ, ਹਮੇਸ਼ਾ ਹੀ ਇਹ ਗੱਲ ਮੈਨੂੰ ਬੜੀ ਵਧੀਆ ਲੱਗਦੀ ਗੱਲ ਹੈ ਕਿ ਅਸੀਂ ਕੀਤਾ ਕੀ ਹੈ, ਅਸੀਂ ਆਪਣੇ ਆਪ ਨੂੰ ਡਿਵੈਲਪ ਕਰਨ ਲਈ ਜਿਵੇਂ ਗੋਰੇ ਟਰੈਵਲ ਕਰਦੇ ਨਾ, ਬੁੱਕ ਪੜ੍ਹਦੇ ਆ, ਉਹ ਬੁੱਕ ਪੜ੍ਹਦੇ ਆ ਅਤੇ ਬੁੱਕ ਪੜ੍ਹਦੇ ਪੜ੍ਹਦੇ ਉਹਨਾਂ ਦਾ ਸ਼ੌਂਕ ਹੁੰਦਾ ਕਿ ਉਹ ਨਾਲ ਇੱਕ ਬੀਅਰ ਦੀ ਬੋਤਲ ਰੱਖ ਲੈਂਦੇ ਆ, ਅਤੇ ਜਾਂ ਉਹ ਕਿਤੇ ਬੈਠੇ ਆ, ਉਹਨਾਂ ਦੇ ਬਿਹੇਵੀਅਰ ਹੈ ਇੱਦਾਂ ਦਾ। ਤੋ ਸਾਡੇ ਲੋਕਾਂ ਦਾ ਕੀ ਹੋਇਆ ਕਿ ਅਸੀਂ ਬੁੱਕ ਤਾਂ ਚੱਕੀ ਨਹੀਂ ਅਤੇ ਅਸੀਂ ਇਕੱਲੀ ਬੀਅਰ ਚੱਕ ਲਈ, ਤਾਂ ਇਹ ਸਿਸਟਮ ਹੈ। ਤਾਂ ਇਹ ਮੈਨੂੰ ਲੱਗਦਾ ਕਿ ਇਹ ਜਿਹੜਾ ਛੋਟੀ ਜਿਹੀ ਇੱਕ ਸਟੇਟਮੈਂਟ ਹੈ, ਇਹ ਸਾਰਾ ਕੁਛ ਕਲੀਅਰ ਕਰ ਦਿੰਦੀ ਹੈ ਨਾ। ਬਿਲਕੁਲ, ਤਾਂ ਇਹ ਚੀਜ਼ ਸਾਨੂੰ ਹੀ ਸਮਝਣੀ ਪੈਣੀ ਹੈ ਬਹੁਤ। ਮੈਂ ਜਿਹੜੀ ਚੰਗੀ ਚੀਜ਼ ਹੈ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਹੈਗੀਆਂ, ਬਹੁਤ ਬਹੁਤ ਵਧੀਆ ਸਾਡਾ ਸਮਾਜ ਹੈਗਾ ਹੈ, ਇੱਥੇ ਲੋਕ ਜਿਹੜੇ ਬਹੁਤ ਵਧੀਆ ਵੀ ਨੇ, ਤਰੱਕੀ ਕਰਦੇ ਨੇ, ਬਹੁਤ ਵਧੀਆ ਚੰਗੀਆਂ ਪੋਸਟਾਂ 'ਤੇ ਬੈਠੇ ਨੇ, ਚੰਗੇ ਬਿਜ਼ਨਸ ਖੜ੍ਹੇ ਕੀਤੇ ਹੋਏ ਨੇ, ਬਹੁਤ ਵਧੀਆ ਪਰਿਵਾਰ ਬਣੇ ਹੋਏ ਉਹਨਾਂ ਦੇ, ਹੈ ਨਾ। ਅਤੇ ਬਟ ਉਸ ਤੋਂ ਅਪੋਜਿਟ ਕੁਛ ਲੋਕ ਇੱਦਾਂ ਦੇ ਵੀ ਹੈਗੇ ਨੇ। ਬਿਲਕੁਲ, ਅਤੇ ਜਿੱਦਾਂ ਭਾਅ ਜੀ ਆਪਣੇ ਕੁਸ਼ਚਨਸ ਜਿਹੜੇ ਅੱਜ ਸੀਗੇ, ਸਵਾਲ ਜਵਾਬ ਸੀਗੇ, ਬਹੁਤ ਹੀ ਆਪਣੇ ਸਟੂਡੈਂਟ ਲਾਈਫ ਨੂੰ ਲੈ ਕੇ ਸੀਗੇ ਅਤੇ ਵਰਕ ਲਾਈਫ ਨੂੰ ਲੈ ਕੇ ਸੀਗੇ, ਬਹੁਤ ਹੀ ਬੇਸਿਕ ਕੁਸ਼ਚਨ ਸੀਗੇ। ਅਤੇ ਇਸ ਨਾਲ ਹੀ ਅੱਜ ਨਾ ਆਪਾਂ ਵੀਡੀਓ ਇੱਥੇ ਖਤਮ ਕਰਦੇ, ਅਤੇ ਜਿਹੜੀ ਬਾਕੀ ਆਪਣੇ ਕੁਸ਼ਚਨਸ ਹੈਗੇ ਆ ਅਤੇ ਉਹ ਆਪਾਂ ਬਿਲਕੁਲ ਅਗਲੀ ਵੀਡੀਓ ਵਿੱਚ ਕਰਾਂਗੇ। ਅਤੇ ਅੱਜ ਦੀ ਵੀਡੀਓ ਫਿਰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ, ਅਤੇ ਲਈਏ ਫਿਰ ਇਜਾਜ਼ਤ ਅੱਜ ਆਪਣਾ ਵੀਡੀਓ ਵਿੱਚੋਂ ਜੀ। ਬਹੁਤ ਧੰਨਵਾਦ ਰਾਹੁਲ ਜੀ, ਬਹੁਤ ਧੰਨਵਾਦ, ਇੱਕ ਬੜਾ ਇੱਕ ਟਾਈਮ 'ਤੇ ਤੁਹਾਡੇ ਨਾਲ ਬਹੁਤ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਆ। ਆਈ ਹੋਪ ਕਿ ਲੋਕ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰਨਗੇ, ਔਰ ਜਿਹੜੇ ਸਟੂਡੈਂਟ ਆਉਣਾ ਚਾਹੁੰਦੇ ਆ, ਹੈ ਨਾ, ਜਾਂ ਪੇਰੈਂਟਸ ਜਿਹੜੇ ਭੇਜਣਾ ਚਾਹੁੰਦੇ ਆ ਬੱਚਿਆਂ ਨੂੰ, ਉਹਨਾਂ ਨੂੰ ਇੱਕ ਇੱਕ ਸ਼ਮਾਇਤ ਵੀ ਹੋ ਸਕਦਾ ਕਿ ਉਹਨਾਂ ਨੂੰ ਇੱਕ ਵਧੀਆ ਰਾਹ ਮਿਲ ਜਾਏ, ਹੈ ਨਾ, ਕੁਛ ਹੋ ਸਕਦਾ ਕਿ ਸਿੱਖਣ ਨੂੰ ਮਿਲ ਜਾਏ, ਔਰ ਉਹਨਾਂ ਦੇ ਬੱਚਿਆਂ ਦੀ ਲਾਈਫ ਹੈ, ਉਹਨਾਂ ਦੀ ਲਾਈਫ ਥੋੜ੍ਹੀ ਜਿਹੀ ਅੱਗੇ ਈਜ਼ੀ ਰਹੇ ਅਗਰ ਉਹ ਕੈਨੇਡਾ ਦੇ ਚਾਹਵਾਨ ਹੈਗੇ ਨੇ। ਤਾਂ ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਲਈ ਜੀ। ਮੈਨੂੰ ਖੁਦ ਭਾਅ ਜੀ ਬਹੁਤ ਵਧੀਆ ਲੱਗਾ ਕਿ ਤੁਸੀਂ ਮੇਰੇ ਨਾਲ ਗੱਲ ਕੀਤੀ, ਕਿ ਆਪਾਂ ਗੱਲਬਾਤ ਕਰਦੇ ਹਾਂ, ਪੋਡਕਾਸਟ ਕਰਦੇ ਹਾਂ, ਅਤੇ ਮੈਨੂੰ ਸੱਚੀ ਬਹੁਤ ਦਿਲੋਂ ਖੁਸ਼ੀ ਹੋਈ ਕਿ ਹੈ ਨਾ ਵੱਡੇ ਭਾਅ ਜੀ ਨੇ ਕਿਹਾ ਅਤੇ ਆਪਾਂ ਬਿਲਕੁਲ ਕਰਨਾ ਹੀ ਆ, ਅਤੇ ਟਾਈਮ ਆਪਾਂ ਇੱਕ ਰੱਖਿਆ, ਅਤੇ ਵਧੀਆ ਲੱਗਾ ਸਗੋਂ ਤੁਹਾਡੇ ਨਾਲ ਗੱਲ ਕਰਕੇ। ਬਾਕੀ ਸਵਾਲਾਂ ਜਵਾਬਾਂ ਦਾ ਸਿਲਸਿਲਾ ਅੱਗੇ ਅੱਗੇ ਚੱਲਦਾ ਰਹੂੰਗਾ, ਅਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।